ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਹਾਜ਼ਰਾ ਹਜ਼ੂਰ ਜੋਤ ਸਾਹਿਬ ਗੁਣੇ ਨਿਦਾਨ ਗੁਰੂ ਗ੍ਰੰਥ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਮੇਂ ਦੀਆਂ ਘੜੀਆਂ ਨੂੰ ਆਪ ਜੀ ਸਫਲਾ ਬਣਾ ਰਹੇ ਹੋ। ਸੁਭਾਗੜਾ ਸਬੱਬ ਪ੍ਰਾਪਤ ਹੋਇਆ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਸਤਿਗੁਰਾਂ ਦੇ ਪਾਵਨ ਜੀਵਨ ਦੀ ਲੜੀਵਾਰ ਕਥਾ ਬੜੀ ਭਾਵਨਾ ਸਹਿਤ ਆਪ ਜੀ ਸਰਵਣ ਕਰਦੇ ਹੋ। ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਤੀਰਥਾਂ ਦੀ ਮਹਿਮਾ ਲਿਖਦੇ ਹੋਏ ਪੁਰਾਣਾਂ ਦੀ ਲਿਖੀ ਕਥਾ ਦਾ ਵਿਖਿਆਨ ਕੀਤਾ ਹੈ। ਜਿਸ ਵਿੱਚ ਉਹ ਆਪ ਜੀ ਨੇ ਸਰਵਣ ਕੀਤਾ ਕਿਵੇਂ ਸੂਰਜ ਨੇ ਵਿਸ਼ਵਕਰਮਾ ਜੀ ਦੀ ਖੁਰਾਕ ਤੇ ਚੜ੍ਹ ਕੇ ਸੁੱਕਿਆ ਹੋਇਆ ਕਾਲਾ ਸਰੀਰ ਛਿਲਵਾ ਲਿਆ ਫਿਰ ਸੁਵੰਚਲਾ ਨੂੰ ਲੱਭਣ ਦੇ ਵਾਸਤੇ ਜੰਗਲ ਵਿੱਚ ਆਇਆ ਲੱਭਿਆ ਆਪਣਾ ਵੀ ਰੂਪ ਘੋੜਿਆਂ ਵਾਲਾ ਬਣਾਇਆ ਅਸ਼ਵਨ ਤੇ ਕੁਮਾਰ ਦਾ ਜਨਮ ਹੋਇਆ। ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਜਮੁਨਾ ਨੇ ਆਪਣਾ ਘਰ ਤਿਆਗ ਦਿੱਤਾ ਜੰਗਲਾਂ ਵਿੱਚ ਜਾ ਕੇ ਚੌਂਕੜਾ ਲਾਇਆ ਪਰ ਜਵਾਨੀ ਵਿੱਚ ਪ੍ਰਭੂ ਦੀ ਬੰਦਗੀ ਕੀਤੀ ਨਾਮ ਜਪ ਕੇ ਇੰਨੀ ਮਹਾਨ ਹੋਈ ਅੱਜ ਵੀ ਜਮਾਨਾ ਜਮੁਨਾ ਦੇ ਇਸ਼ਨਾਨ ਨੂੰ ਪਵਿੱਤਰ ਤੇ ਪਾਕ ਮੰਨਦਾ ਹੈ। ਸਾਧੂ ਲੋਕ ਕੰਢੇ ਤੇ ਬੈਠ ਕੇ ਤਪੱਸਿਆ ਕਰਦੇ ਨੇ ਸਾਰੇ ਪ੍ਰਕਰਨਾਂ ਦਾ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ। ਆਓ ਘੜੀਆਂ ਸੁਲੱਖਣੀਆਂ ਬਣਾਈਏ ਸ਼ਰਧਾ ਸਹਿਤ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਸੁਣ ਪਰ ਸੰਗ ਸੰਗਤ ਸਰਬ ਸ੍ਰੀ ਗੁਰ ਅਮਰ ਕੀ ਪਾਸ। ਜਿਸ ਵੇਲੇ ਸਾਰੀਆਂ ਸਿੱਖ ਸੰਗਤਾਂ ਨੇ ਪੁਰਾਣਿਕ ਕਥਾ ਨੂੰ ਸੁਣਿਆ ਕੇਵਲ ਗਿਆਨ ਦੇ ਵਾਸਤੇ, ਬੜੀ ਪ੍ਰਸੰਨਤਾ ਮਿਲੀ ਵੀ ਜਿਹੜੀ ਥਾਂ ਤੇ ਅਸੀਂ ਆਏ ਹਾਂ ਕਮ ਸੇ ਕਮ ਉਹਦੇ ਇਤਿਹਾਸ ਬਾਰੇ ਤੇ ਪਤਾ ਹੈ, ਉਹ ਭਾਵੇਂ ਕੈਸਾ ਵੀ ਹੋ। ਹੁਣ ਕੁਝ ਸਿੱਖਾਂ ਦੇ ਮਨ ਵਿੱਚ ਫਿਰ ਤੋਂ ਖਿਆਲ ਪੈਦਾ ਹੋ ਰਿਹਾ, ਸੁਭਾਵਿਕ ਗੱਲ ਹੈ ਜਦੋਂ ਮਨੁੱਖ ਦੀ ਚਾਹਤ ਸੁਣਨ ਵਾਲੇ ਪਾਸੇ ਹੋ ਜੇ, ਸਰੋਤ ਜਿਉਂ ਜਿਉਂ ਸੁਣਦਾ ਜਾਂਦਾ ਤਿਉਂ ਤਿਉਂ ਗਹਿਰਾ ਖੁੱਭਦਾ ਜਾਂਦਾ, ਉਹਦਾ ਚਿੱਤ ਕਰਦਾ ਮੈਂ ਹੋਰ ਸੁਣਾ। ਮਨੁੱਖਾ ਸਰੀਰ ਦੀਆਂ ਇਹ ਕਮੀਆਂ ਆਖ ਲਓ ਜਾਂ ਗੁਣ ਆਖ ਲਓ, ਆਲਸੀ ਬੰਦਾ ਸੋਚਦਾ ਮੈਂ ਹੋਰ ਸੋ ਲਾਂ, ਕਾਮੀ ਪੁਰਸ਼ ਸੋਚਦਾ ਮੈਂ ਹੋਰ ਕਾਮ ਭੋਗ ਲਾਂ, ਹੋਰ ਪ੍ਰਵਿਰਤੀ ਜਗਾ ਲਾਂ, ਤੇ ਲਾਲਚੀ ਬੰਦਾ ਸੋਚਦਾ ਸਭ ਕੁਝ ਮੇਰੇ ਕੋਲ ਆ ਜੇ ਤੇ ਹੋਰ ਵੀ ਆ ਜੇ। ਇਸੇ ਤਰ੍ਹਾਂ ਜਦੋਂ ਕਿਸੇ ਨੂੰ ਸੁਣਨ ਦੀ ਆਦਤ ਪੈ ਜੇ, ਸੁਣਨਾ ਦੋ ਤਰ੍ਹਾਂ ਦਾ, ਇੱਕ ਚੰਗਾ ਵੀ ਹੈ ਇੱਕ ਮਾੜਾ ਵੀ ਹੈ। ਹੁਣ ਸੁਣਨ ਨੂੰ ਕਹਿੰਦੇ ਨੇ ਸਰਵਣ, ਅਸਲ ਚ ਆਪਾਂ ਕਈ ਵਾਰ ਅਰਥ ਲਾ ਲੈਂਦੇ ਆ ਵੀ ਸਰਵਣ ਦਾ ਅਰਥ ਹੁੰਦਾ ਸੁਣਨਾ, ਇਹ ਪ੍ਰਕਿਰਤਕ ਅਰਥ ਹੈ। ਅਸਲ ਚ ਸਰਵਣ ਦਾ ਅਰਥ ਸੁਣਨਾ ਨਹੀਂ ਹੁੰਦਾ, ਕੰਨ ਹੁੰਦੇ ਕੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸੱਚ ਹੈ ਸੁਣਦਾ ਦੋ ਪਠਾਏ। ਸੁਣਦਾ ਸ਼ਬਦ ਆ ਗਿਆ ਨਾ ਵਿੱਚ ਵੀ ਸੱਚ, ਸੁਣਨ ਨੂੰ ਤੈਨੂੰ ਭੇਜਿਆ, ਪਠਾਇਆ ਭੇਜਿਆ, ਕਿਹਾ ਕਿਹਨੂੰ ਹੈ, ਇਹ ਸਰਵਣ। ਸਰਵਣ ਨਾਮ ਹੈ ਕੰਨ ਦਾ, ਜਦ ਕਿਸੇ ਚੀਜ਼ ਵੱਲ ਕੰਨ ਹੋ ਜੇ। ਆਪਾਂ ਕਈ ਵਾਰ ਗੱਲ ਕਰਦੇ ਹਾਂ ਸੁਭਾਵਿਕ, ਉਹ ਕਹਿੰਦੇ ਸੀ ਫਲਾਣਾ ਤੇਰੇ ਕੋਲ ਖੜਾ ਕੀ ਕਹਿੰਦਾ ਸੀ, ਅਸੀਂ ਕਿਹਾ ਮੈਂ ਸੁਣਿਆ ਹੀ ਨਹੀਂ, ਮੈਨੂੰ ਪਤਾ ਨਹੀਂ ਲੱਗਿਆ, ਕਿਉਂਕਿ ਸਾਡੇ ਕੰਨਾਂ ਦਾ ਧਿਆਨ ਉੱਧਰ ਨਹੀਂ ਸੀ। ਧਿਆਨ ਅੱਖਾਂ ਦਾ ਵੀ ਹੈ, ਧਿਆਨ ਕੰਨਾਂ ਦਾ ਵੀ ਹੈ, ਧਿਆਨ ਸੁਰਤ ਦਾ ਵੀ ਹੈ, ਧਿਆਨ ਹਰ ਬਿਰਤ ਦਾ ਹੈ। ਤੇ ਜੇ ਬੰਦਾ ਆਪਣਾ ਧਿਆਨ ਕਰ ਲਏ ਨਾ, ਹੁਣ ਪਰਿਵਾਰਾਂ ਚ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਦੂਜਿਆਂ ਦੀਆਂ ਗੱਲਾਂ ਸੁਣਨ ਦਾ ਬੜਾ ਚਸਕਾ ਹੁੰਦਾ, ਹਰ ਪਰਿਵਾਰ ਚ ਕੋਈ ਨਾ ਕੋਈ ਹੁੰਦਾ ਇੱਦਾਂ। ਤੇ ਕੁਛ ਐਸੇ ਵੀ ਹੁੰਦੇ ਆ ਜਿਹਨਾਂ ਨੂੰ ਬਿਨਾਂ ਸਲਾਹ ਮੰਗੋ ਕਿਸੇ ਦੀ ਗੱਲ ਵਿੱਚ ਆ ਕੇ ਉਹਨਾਂ ਬੋਲਣਾ ਹੀ ਹੁੰਦਾ, ਉਹਨਾਂ ਬਿਨਾਂ ਗੱਲ ਸੰਪੂਰਨ ਹੀ ਨਹੀਂ ਹੁੰਦੀ। ਤੇ ਆਦਤਾਂ ਨੇ ਬੁਰੀਆਂ, ਕੇਵਲ ਉਦੋਂ ਤੱਕ ਸੁਣਨਾ ਚਾਹੀਦਾ ਜਦੋਂ ਤੱਕ ਤੁਹਾਨੂੰ ਕੋਈ ਸੁਣਾਉਂਦਾ ਹੋਵੇ। ਇੱਥੇ ਜਿਹੜੀ ਵਿਰਤੀ ਆ ਰਹੀ ਹੈ ਨਾ ਸੁਣਨ ਦੀ, ਹੁਣ ਆਪਾਂ ਕਥਾ ਚ ਬੈਠੇ ਹਾਂ, ਬਾਹਰ ਕਿਸੇ ਨੂੰ ਧੱਕੇ ਨਾ ਕੋਈ ਫੜ ਕੇ ਤਾਂ ਨਹੀਂ ਸੁਣਾਉਂਦਾ ਨਾ, ਇੱਥੇ ਉਹੀ ਬੈਠਣਗੇ ਜਿਹੜੇ ਸੁਣਨਾ ਚਾਹੁੰਦੇ ਨੇ, ਜਿਨ੍ਹਾਂ ਦਾ ਮਨ ਕਰਦਾ ਮੈਂ ਕੁਝ ਚੰਗਾ ਸੁਣਾ, ਗੁਰੂ ਦੀ ਗੱਲ ਸੁਣਾ, ਮੈਂ ਆਪਣਾ ਸਮਾਂ ਸਫਲ ਕਰਾਂ,
ਬੰਦਿਆ ਘਰ ਬਹਿ ਕੇ ਵੀ ਤੇਰੇ ਜਾਈਆਂ ਚ ਗੱਪਾਂ ਮਾਰਨੀਆਂ। ਚੱਲ ਦੋ ਘੜੀ ਗੁਰੂ ਦੇ ਦਰਸ਼ਨ ਕਰ ਆਈਏ ਤੇ ਨਾਲੇ ਗੁਰੂ ਦੀ ਮਹਿਮਾ ਸੁਣਾਈਏ। ਇਹ ਸੁਣਨਾ ਸ਼ਰਵਣ ਕਰਨਾ। ਤੇ ਜਦੋਂ ਆਪਾਂ ਕਿਸੇ ਵੀ ਚੀਜ਼ ਵਿੱਚ ਚਲੇ ਜਾਂਦੇ ਹਾਂ, ਹੁਣ ਕਈਆਂ ਨੂੰ ਚਸਕਾ ਹੁੰਦਾ ਦੁਨਿਆਵੀ ਪੱਧਰ ਤੇ, ਕੋਈ ਸੀਰੀਅਲ ਵੇਖਣਾ, ਕੋਈ ਐਪੀਸੋਡ ਵੇਖਣਾ, ਉਹਨਾਂ ਨੂੰ ਤਲਬ ਲੱਗੀ ਰਹਿੰਦੀ ਹੈ ਕਦੋਂ ਮੈਂ ਜਾ ਕੇ ਵੇਖ ਲਵਾਂ, ਕਦੋਂ ਜਾ ਕੇ ਮੈਂ ਸੁਣ ਲਵਾਂ। ਉਹ ਬਿਰਤੀ ਹੈ। ਕਿਸੇ ਨੂੰ ਤਲਬ ਲੱਗੀ ਮੈਂ ਘਰੇ ਜਾਵਾਂ ਸਹਿਜ ਪਾਠ ਦੇ ਪੰਜ ਅੰਗ ਜਾ ਕੇ ਕਰਾਂ, ਭਾਗਾਂ ਵਾਲੇ। ਕਿਸੇ ਨੂੰ ਇਹ ਆ ਮੈਂ ਘਰ ਜਾ ਕੇ ਬਾਣੀ ਸੁਣਾ, ਤੇ ਕਿਸੇ ਨੂੰ ਇਹ ਵੀ ਹੁੰਦਾ ਵੀ ਮੈਂ ਜਾ ਕੇ ਕੁਛ ਦੇਖਾਂ ਮੇਲਾ ਬੈਠਾ। ਹੁਣ ਜਿੰਨੀ ਸੰਗਤ ਬੈਠੀ ਹੈ ਉਹਨਾਂ ਦੀ ਸਰੋਤ ਚੰਗੀ ਹੈ, ਤੇ ਜਿਹੜਾ ਬੰਦਾ ਸੁਣਨਾ ਜਾਣਦਾ ਹੋਵੇ ਨਾ ਉਹ ਬਹੁਤ ਸੋਹਣਾ ਵਕਤਾ ਵੀ ਹੁੰਦਾ ਹੈ। ਕਦੇ ਨੋਟ ਕਰਿਓ, ਬਹੁਤਾ ਸੁਣਨ ਵਾਲਾ ਵਿਅਕਤੀ ਬਹੁਤ ਘੱਟ ਬੋਲਦਾ, ਤੇ ਜਦ ਵੀ ਬੋਲਦਾ ਉਹਦੇ ਸ਼ਬਦ ਗਿਣੇ ਤੋਲੇ ਹੁੰਦੇ ਆ ਤੇ ਵਜਨਦਾਰ ਹੁੰਦੇ ਆ। ਤੇ ਜਿਹੜਾ ਸਾਡੇ ਵਰਗਾ ਹੁੰਦਾ ਕਿ ਅਸੀਂ ਸੁਣਦਾ ਹੀ ਨਹੀਂ, ਉਹਦੀਆਂ ਗੱਲਾਂ ਚ ਹੁੰਦਾ ਵੀ ਕੁਛ ਨਹੀਂ, ਗੱਲਾਂ ਹੀ ਨੇ ਬਸ। ਉਸ ਵਕਤ ਕੁਝ ਸਿੱਖਾਂ ਨੇ ਆਪਣੀ ਸਰੋਤ ਇੰਨੀ ਪਾਕ ਸਾਫ ਕੀਤੀ, ਮਹਾਰਾਜ ਸਾਨੂੰ ਸੁਣ ਕੇ ਬੜਾ ਚੰਗਾ ਲੱਗਾ, ਸੁਣ ਕੇ ਬੜਾ ਆਨੰਦ ਆਇਆ, ਅਸੀਂ ਜਾਣਨਾ ਚਾਹੁੰਦੇ ਹਾਂ ਵੀ ਜੇ ਇਸ ਕਥਾ ਦੇ ਕੁਝ ਅੰਸ਼ ਉਹ ਭਾਵੇਂ ਇਤਿਹਾਸਕ ਹੈ ਭਾਵੇਂ ਇਤਿਹਾਸਕ ਹੈ, ਗੱਲ ਸੱਚ ਤੇ ਝੂਠ ਦੀ ਨਹੀਂ ਹੈ, ਗੱਲ ਇਹ ਹੈ ਵੀ ਤੁਸੀਂ ਉਸ ਵਕਤ ਨੂੰ ਸੁਣਨ ਵਾਸਤੇ ਸਮਾਂ ਕੱਢਿਆ ਤੇ ਉਹ ਸਮਾਂ ਤੁਹਾਡਾ ਲੇਖੇ ਚ, ਜੋ ਰੱਬ ਨਾਲ ਜੁੜੀਆਂ ਗੱਲਾਂ ਤੇ ਵਾਰਤਾਵਾਂ ਨੂੰ ਸੁਣਦਾ ਨਾ ਉਹ ਲੇਖੇ ਚ। ਹੁਣ ਜਿਹੜੇ ਦੁਨਿਆਵੀ ਤੇ ਮਨਮੁਖ ਬੰਦੇ ਆ ਉਹ ਜਦ ਵੀ ਵਿਹਲੇ ਬੈਠੇ ਹੋਣਗੇ ਉਹਨਾਂ ਕਦੇ ਨੀ ਕਹਿਣਾ ਆਪਾਂ ਗੁਰੂ ਘਰ ਮੱਥਾ ਟੇਕਈ, ਉਹ ਕਹਿੰਦੇ ਚੱਲ ਟੀਵੀ ਲਾ ਲਓ, ਕੋਈ ਫਿਲਮ ਵੇਖ ਲੈਂਦੇ ਆ, ਕੋਈ ਸੀਰੀਅਲ ਵੇਖ ਲੈਂਦੇ, ਆਪਾਂ ਵਿੱਚ ਹੀ ਆ ਸਾਰੇ, ਕਿਉਂਕਿ ਜੋ ਸਾਡੀ ਬਿਰਤੀ ਦੀ ਮੈਲ ਅਸੀਂ ਉਹੀ ਵੇਖਣੀ ਚਾਹੁੰਦੇ। ਤੇ ਜਿਨ੍ਹਾਂ ਦੀ ਬਿਰਤੀ ਵਿੱਚ ਗੁਰੂ ਵੱਸਦਾ ਏ, ਗੁਰੂ ਨਾਲ ਪ੍ਰੇਮ ਆ, ਉਹ ਕਹਿੰਦੇ ਸਤਿਗੁਰੂ ਸਾਨੂੰ ਕਥਾ ਸੁਣਾ ਦਿਓ। ਜੇ ਕੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਬਾਗ। ਕਹਿੰਦੇ ਜੇ ਕੋਈ ਉਸ ਰੱਬ ਵਾਹਿਗੁਰੂ ਦੀ ਕਥਾ ਸੁਣਾਉਂਦਾ ਤੇ ਗੁਰੂ ਦੇ ਦਰ ਤੇ ਆਉਂਦਾ ਸੁਖ ਪਾਉਂਦਾ। ਤੇ ਜਿੰਨੀਆਂ ਸੰਗਤਾਂ ਬੈਠੀਆਂ ਨੇ ਤੀਰਥ ਤੇ ਬੈਠੀਆਂ, ਤੀਰਥ ਉਦਮ ਸਤਿਗੁਰ ਕੀ ਆ ਲੋਕ ਉਧਾਰਨ ਅਰਥਾ, ਗੁਰੂ ਪਾਤਸ਼ਾਹ ਨੇ ਉਦਮ ਕੀਤਾ ਤੀਰਥਾਂ ਦਾ ਉਧਾਰ ਕਰਨ ਵਾਸਤੇ। ਅੱਜ ਜਿੰਨੇ ਸੰਗਤ ਨਾਲ ਬੈਠੇ ਲੋਕ ਸੁਣ ਰਹੇ ਆ, ਉਹ ਚਾਹੇ ਕਥਾ ਪੁਰਾਤਨ ਹੋਵੇ, ਚਾਹੇ ਸਨਾਤਨ ਹੋਵੇ, ਚਾਹੇ ਨਵੀਂ ਹੋਵੇ, ਗੱਲ ਕਥਾ ਦੀ ਨਹੀਂ ਹੈ, ਗੱਲ ਇਹ ਹੈ ਵੀ ਉਹ ਕੁਝ ਸਿੱਖਣਾ ਚਾਹੁੰਦੇ, ਕੁਝ ਸੁਣਨਾ ਚਾਹੁੰਦੇ। ਗੁਰੂ ਪਾਤਸ਼ਾਹ ਦੇ ਸਨਮੁਖ ਉੱਠ ਕੇ ਉਹਨਾਂ ਨੇ ਸਤਿਗੁਰਾਂ ਦਾ ਸ਼ੁਕਰਾਨ ਕੀਤਾ, ਸ਼ੁਕਰਾਨਾ ਕੀਤਾ, ਸੱਚੇ ਪਾਤਸ਼ਾਹ ਬੜੀ ਆਪ ਨੇ ਕਿਰਪਾ ਕੀਤੀ ਹੈ। ਪੁੰਨ ਪੁੱਛਿਓ ਕਿਨ ਭਾਨ ਕੋ ਭਇਓ ਬਰਨ ਤੁਮ ਰਸ। ਮਹਾਰਾਜ ਸੁਣ ਕੇ ਬੜਾ ਆਨੰਦ ਆਇਆ, ਅਸੀਂ ਇਸੇ ਕਥਾ ਨੂੰ ਅੱਗੇ ਕੰਟੀਨਿਊ ਸੁਣਨਾ ਚਾਹੁੰਦੇ ਹਾਂ। ਪਿੱਛੇ ਆਪਾਂ ਨੇ ਜਮਨਾ ਦੀ ਕਥਾ ਸੁਣੀ ਹੈ, ਸੂਰਜ ਦੀ ਵੀ ਸੁਣ ਲਈ, ਵਿਸ਼ਵਕਰਮਾ ਜੀ ਦੀ ਧੀ ਦੀ ਵੀ ਸੁਣ ਲਈ, ਉਸ ਤੋਂ ਪਹਿਲਾਂ ਵਿਸ਼ਨੂੰ ਤੇ ਰਾਕਸ਼ਸਾਂ ਦਾ ਯੁੱਧ ਵੀ ਸੁਣਿਆ, ਉਸ ਤੋਂ ਪਹਿਲਾਂ ਕੁਰਕਸ਼ੇਤਰ ਦੀ ਸੁਣੀ। ਕਥਾ ਕਥਾ ਹੁੰਦੀ ਹੈ, ਕਿਸੇ ਧਰਮ ਦੀ ਹੋਵੇ, ਜਿਹੜੀ ਚੀਜ਼ ਤੁਹਾਡੇ ਮਨ ਨੂੰ ਚੰਗੀ ਲੱਗਦੀ, ਸਕੂਨ ਦਿੰਦੀ ਹੈ, ਸੁਣ ਲੈਣੀ ਚਾਹੀਦੀ, ਕੋਈ ਰੌਣਾ ਨਹੀਂ। ਗੁਰੂ ਅਮਰਦਾਸ ਮਹਾਰਾਜ ਦੇ ਸਨਮੁਖ ਆਖਣ ਲੱਗੇ, ਸਤਿਗੁਰੂ ਜੀ ਆਹ ਜਿਹੜਾ ਸੂਰਜ ਹੈ ਜਿਹਨੂੰ ਆਪਾਂ ਮਾਰ ਤੰਡ ਕਹਿੰਦੇ ਹਾਂ, ਤੁਸੀਂ ਆਮ ਕਈ ਵਾਰ ਸ਼ਬਦ ਪੜ੍ਹੇ ਹੋਣਗੇ, ਗੁਰਮਤ ਮਾਰ ਤੰਡ ਗ੍ਰੰਥ ਦਾ ਨਾਮ ਹੈ।
ਕਥਾਵਾਚਕ ਵਿਦਵਾਨ ਜਿਹੜੇ ਲੋਕ ਹੁੰਦੇ ਉਹਨੂੰ ਕਹਿੰਦੇ ਵਿਦਿਆ ਮਾਰਕਾਂਡ। ਆਮ ਸ਼ਬਦ ਤੁਸੀਂ ਪੜ੍ਹਦੇ ਹੋ, ਕਈ ਵਾਰ ਸੁਣਿਆ ਵੀ ਹੋਣਾ ਕਿਤੇ ਗਾਹੇ ਵਗਾਹੇ ਯੂਨੀਵਰਸਿਟੀ ਕਿਸੇ ਲਾਇਬ੍ਰੇਰੀ ਵਿੱਚ। ਇਹ ਉਹਨਾਂ ਦੀ ਗੱਲ ਕਰ ਰਹੇ ਜਿਹੜੇ ਪੜ੍ਹਨ ਵਾਲੇ ਆ, ਜਿਹਨਾਂ ਨੂੰ ਇੰਟਰਸਟ ਹੈ ਚੰਗੀਆਂ ਕਿਤਾਬਾਂ, ਚੰਗੀ ਬੁੱਕਸ ਪੜ੍ਹਨ ਦਾ, ਚੰਗਾ ਲਿਟਰੇਚਰ ਪੜ੍ਹਨ ਦਾ। ਕੁਛ ਸਾਡੇ ਵਰਗੇ ਹੁੰਦੇ ਆ, ਕਿਤਾਬਾਂ ਲਿਆ ਕੇ ਰੱਖੀਆਂ, ਕਦੇ ਪੜ੍ਹੀ ਪੜ੍ਹੂ ਉਹ ਜਿਹਦੇ ਅੰਦਰ ਦਿਲਚਸਪੀ ਹੈ, ਅੰਦਰ ਅਨਾਹਤ ਨਾਦ ਵੱਜਦਾ, ਅੰਦਰ ਆਨੰਦ ਪ੍ਰਾਪਤ ਹੋ ਰਿਹਾ। ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਜਿਹੜਾ ਸੂਰਜ ਹੈ ਇਹ ਪਹਿਲੇ ਦਿਨ ਤੋਂ ਵੀ ਹੋ ਜਾ ਸੀ ਜਾਂ ਬਾਅਦ ਚ ਹੋਇਆ? ਜਿਵੇਂ ਕੋਈ ਬੰਦਾ ਗੂੰਗਾ ਜਾਂ ਬੋਲਾ, ਲੋਕ ਇਹ ਪੁੱਛਦੇ ਜਮਾਂਦਰੂ ਹੈ ਜੀ ਜਾਂ ਬਾਅਦ ਚ ਹੋਇਆ, ਕੋਈ ਹਾਦਸਾ ਹੋਇਆ? ਉਹਨਾਂ ਨੇ ਇਹ ਜਾਣਨਾ ਚਾਹਿਆ, ਮਹਾਰਾਜ ਕਿਰਪਾ ਕਰਕੇ ਤੁਸੀਂ ਦੱਸੋ, ਸਾਡੀ ਇਹ ਸਮਝ ਤੋਂ ਬਾਹਰ ਹੈ ਵੀ ਆਪਾਂ ਸੁਣਿਆ ਸੂਰਜ ਨੂੰ ਖਰਾਤ ਤੇ ਚਾੜ ਲਿਆ, ਉਹਨੂੰ ਛਿੱਲਤਾ ਉੱਤੋਂ, ਵੀ ਉਹ ਕਿਉਂ ਹੋਇਆ? ਇਹੋ ਜਿਹੇ ਕਿਹੜੇ ਨੇ ਅਪਰਾਧ ਕਰ ਲਏ, ਕਿਹੜੇ ਗੁਨਾਹ ਕੀਤੇ ਨੇ ਇਹਨੂੰ ਸੁੱਕੀ ਹੋਈ ਕਾਲੀ ਚਮੜੀ ਪ੍ਰਾਪਤ ਹੋ ਗਈ, ਜਿਸ ਤੋਂ ਇਹ ਵੀ ਦੁਖੀ ਹੈ? ਸ੍ਰੀ ਗੁਰ ਕਹਿਤ ਪਏ ਇਤਿਹਾਸ, ਸੰਗਤ ਸੁਣੋ ਭਾਈ ਗਤ ਜਾਸ। ਸਾਨੂੰ ਕਹਿੰਦੇ ਸੰਗਤ ਜੀ ਸੁਣੋ, ਫਿਰ ਕਵੀ ਕਹਿੰਦੇ ਸਰੋਤਾ ਜਨੋ, ਇਹ ਚੰਗੀ ਸਰੋਤ ਦੀ ਨਿਸ਼ਾਨੀ ਹੈ ਜੇ ਤੁਹਾਡਾ ਕੁਝ ਸੁਣਨ ਨੂੰ ਚਿੱਤ ਕਰਦਾ ਹੈ। ਸੁਣਨਾ ਵੀ ਬੜਾ ਔਖਾ ਹੈ, ਇਹ ਕੁਛ ਲੋਕਾਂ ਦੀ ਵਿਰਤੀ ਏਦਾਂ ਦੀ ਹੁੰਦੀ ਹੈ, ਉਹ ਸੁਣਦੇ ਹੋਏ ਵੀ ਉਹਨਾਂ ਦਾ ਮਨ ਚੰਚਲ ਰਹਿੰਦਾ ਹੈ, ਆਹ ਕਿਉਂ ਆਖਿਆ, ਇਹ ਕਿਉਂ ਕਹਿੰਦਾ, ਇਹ ਉੱਥੇ ਨਹੀਂ ਆਖਿਆ, ਇੱਥੇ ਕਿਉਂ ਹੋ ਗਿਆ। ਆਪਾਂ ਹੈ ਵਿੱਚ ਨਾ ਹੁੰਦੇ ਆ ਸਾਡੇ ਚ, ਜਿਨ੍ਹਾਂ ਦੀ ਵਿਰਤੀ ਹਮੇਸ਼ਾ ਸੁਣਨ ਦੇ ਨਾਲ ਹੀ ਕਲੈਸ਼ ਕਰਦੀ ਰਹਿੰਦੀ ਹੈ, ਇਹ ਨਹੀਂ ਹੋ ਸਕਦਾ, ਏਦਾਂ ਨਹੀਂ ਹੋ ਸਕਦਾ। ਪਰ ਇੱਕ ਇਨਸਾਨ ਉਹ ਹੈ ਜਿਹੜਾ ਨੇਤਰ ਬੰਦ ਕਰਕੇ ਸੁਣ ਰਿਹਾ ਹੈ, ਉਹ ਕਹਿੰਦਾ ਮੈਂ ਸੁਣ ਲਵਾਂ ਫਿਰ ਇਹਦੇ ਤੇ ਵਿਚਾਰ ਕਰਾਂਗੇ, ਹੋ ਸਕਦਾ ਹੈ ਕੁਝ ਚੰਗਾ ਸੁਣਿਆ ਹੋਵੇ, ਹੋ ਸਕਦਾ ਹੈ ਕੁਝ ਸਾਡੇ ਕੋਈ ਤੋਂ ਵੀ ਚੰਗਾ ਹੋਵੇ। ਵੀ ਜਦੋਂ ਸੁਣਨਾ ਹੈ ਉਦੋਂ ਸੁਣੋ, ਤੇ ਜਦ ਸੁਣ ਰਹੇ ਹਾਂ ਜੇ ਉਹ ਸੁਣਨ ਦੇ ਨਾਲ ਨਾਲ ਅਸੀਂ ਆਪਣੇ ਦਿਮਾਗ ਦਾ ਘੋੜਾ ਭਜਾ ਲਿਆ, ਫਿਰ ਜਿਹੜਾ ਸੁਣਿਆ ਹੋਇਆ ਉਹ ਵਿੱਚ ਹੀ ਵਿੱਚ ਰਹਿਣਾ, ਪਤਾ ਨਹੀਂ ਲੱਗਦਾ ਕੀ ਹੋਇਆ। ਹੁਣ ਤੁਸੀਂ ਵੇਖਿਆ ਹੁਣ ਆਮ ਧਾਰਮਿਕ ਥਾਵਾਂ ਤੇ ਕਥਾ ਕੀਰਤਨ ਸੁਣਦੇ ਲੋਕ ਜ਼ਿਆਦਾਤਰ ਸੁੱਤੇ ਹੀ ਪਏ ਹੁੰਦੇ, ਕਿਉਂ? ਕਿਉਂਕਿ ਉਹਨਾਂ ਦਾ ਮਨ ਇੰਨਾ ਆਲਸੀ ਹੁੰਦਾ, ਉਹ ਕਹਿੰਦਾ ਨਹੀਂ ਯਾਰ ਸੌਂ ਲੱਗ ਰਹੀ, ਘਰੇ ਗਾਣਾ ਤਾਂ ਸੁੱਤੇ ਆ, ਗੁਰਦੁਆਰੇ ਆਏ ਤਾਂ ਸੁੱਤੇ ਆ, ਆਹੀ ਕੰਮ ਆ ਸਾਡਾ, ਪੱਲੇ ਆਲਸ। ਗੁਰੂ ਪਾਤਸ਼ਾਹ ਨੇ ਸੰਗਤ ਦਾ ਸ਼ੁਕਰਾਨਾ ਕੀਤਾ, ਸੰਗਤ ਦਾ ਧੰਨਵਾਦ, ਹੌਸਲਾ ਦਿੱਤਾ, ਕਹਿੰਦੇ ਵਾਹ ਸੰਗਤ ਜੀ ਤੁਹਾਡੀ ਸਰੋਤ ਬੜੀ ਪਿਆਰੀ ਹੈ। ਜਿਸ ਬੰਦੇ ਦੀ ਸਰੋਤ ਗਹਿਰੀ ਹੋਊਗੀ ਨਾ, ਉਹ ਅਕਸਰ ਚੰਗੀਆਂ ਚੀਜ਼ਾਂ ਸੁਣੂਗਾ, ਤੇ ਜਿਹਦੀ ਸਰੋਤ ਬੁਰੀ ਹੈ, ਗਹਿਰੀ ਨਹੀਂ ਹੋਊਗੀ, ਉਹ ਲੋਕਾਂ ਦੀਆਂ ਗੱਲਾਂ ਸੁਣੂਗਾ, ਕਿਹਨੇ ਕੀ ਕੀਤਾ, ਕੌਣ ਲੜ ਪਿਆ, ਕੌਣ ਭੱਜ ਗਿਆ, ਕੌਣ ਛੱਡ ਗਿਆ, ਉਹਦੇ ਕੋਲ ਉਹੀ ਕੁਛ ਹੁੰਦਾ, ਕਿਉਂਕਿ ਜੋ ਉਹਦੇ ਅੰਦਰ ਭਰਿਆ ਹੋਇਆ। ਗੁਰੂ ਬਾਬਾ ਜੀ ਕਹਿੰਦੇ ਇਹ ਪੁਰਾਣੀਆਂ ਵਾਰਤਾਵਾਂ ਨੇ ਭਾਈ, ਇਹਨਾਂ ਦੇ ਵਿੱਚ ਬੜੇ ਇਨਵੋਲਵ ਸੀ, ਕੋਈ ਇੱਕ ਨਹੀਂ ਹੈ, ਬਹੁਤ ਗਹਿਰੀਆਂ ਗੱਲਾਂ। ਅੱਜ ਜਿਹੜੇ ਪ੍ਰਸੰਗ ਆਰੰਭ ਹੋ ਰਹੇ ਆ, ਹੋ ਸਕਦਾ ਸ਼ਾਇਦ ਆਪ ਜੀ ਦੇ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਪ੍ਰਾਪਤ ਹੋ ਜਾਣ। ਬੜਿਆਂ ਦੇ ਮਨ ਚ ਬੜੇ ਤਰ੍ਹਾਂ ਦੇ ਸਵਾਲ ਹੁੰਦੇ, ਸਾਰੀ ਸਾਰੀ ਜ਼ਿੰਦਗੀ ਚੱਲੀ ਜਾਂਦੇ, ਹਰ ਬੰਦੇ ਕੋਲ ਹੁੰਦੇ ਆ ਕੁਝ ਸਵਾਲ ਜੋ ਉਹਨੂੰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਤੰਗ ਹੀ ਕਰਦੇ ਰਹਿੰਦੇ ਆ। ਜਿੱਦਣ ਕਦੇ ਜਵਾਬ ਮਿਲ ਜੇ, ਉਹ ਕਹਿੰਦਾ ਅੱਜ ਮੈਂ ਬੜਾ ਖੁਸ਼ ਆ, ਆਹ ਚੀਜ਼ ਬਾਰੇ ਮੈਂ ਬੜਾ ਪੜਿਆ, ਬੜਾ ਜਾਣਿਆ, ਪਰ ਤਸੱਲੀ ਜੀ ਨਹੀਂ ਹੋਈ, ਅੱਜ ਮੈਨੂੰ ਪਤਾ ਲੱਗਾ ਵੀ ਇਹਦੀ ਤਾਂ ਸੀ। ਆਪਾਂ ਸਾਰਿਆਂ ਨੂੰ ਵਧੀਆ ਲੱਗਦਾ,
ਤੇ ਉਸ ਵਕਤ ਸੰਗਤਾਂ ਨੇ ਹੱਥ ਜੋੜ ਕੇ ਉੱਠ ਕੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਇਸ ਧਰਮ ਦੇ ਅਸਥਾਨ ਤੋਂ ਅਣਜਾਣ ਆ, ਸਾਨੂੰ ਨਹੀਂ ਪਤਾ, ਕਿਉਂਕਿ ਉਹਨਾਂ ਸਮਿਆਂ ਚ ਧਰਮ ਦੀਆਂ ਕਥਾਵਾਂ ਬਹੁਤ ਘੱਟ ਹੁੰਦੀਆਂ ਸੀ, ਜ਼ਿਆਦਾਤਰ ਠੇਕਾ ਪੰਡਤਾਂ ਕੋਲ ਸੀ ਵੀ ਅਸੀਂ ਉਹ ਪੜਾਂਗੇ, ਅਸੀਂ ਉਹ ਸੁਣਾਂਗੇ, ਦੂਜੇ ਤੇ ਸੁਣੇ ਨਹੀਂ ਜਾਂਦੇ। ਅੱਜ ਗੁਰੂ ਦਰਬਾਰ ਜਿਹਨੇ ਬੈਠੇ ਆ, ਇੱਥੇ ਕੋਈ ਜਾਤ ਦਾ ਮਸਲਾ ਨਹੀਂ ਵੀ ਇਕੱਲੇ ਪੰਡਿਤ ਬ੍ਰਾਹਮਣ ਬੈਠੇ ਜਾਂ ਖੱਤਰੀ ਬੈਠੇ ਆ, ਸਭ ਜਾਤਾਂ ਮਜ਼ਹਬਾਂ ਧਰਮਾਂ ਦੇ ਲੋਕ ਅੱਜ ਇਕੱਠੇ ਨੇ। ਕਛੇ ਪਰਖ ਅਤ ਸ਼ਾਰ ਤਪ ਕਾਲਾ ਜਿਸ ਕੈ ਭਈ ਭਰ ਜਾਲਾ। ਗੁਰੂ ਪਾਤਸ਼ਾਹ ਕਹਿੰਦੇ ਭਾਈ ਹੁਣ ਜਿਹੜਾ ਸੂਰਜ ਹੈ, ਸੂਰਜ ਦੇਵਤਾ, ਆਹ ਸੂਰਜ ਨਹੀਂ ਤੇ ਅੱਗ ਦਾ ਗੁਰੂ ਹੈ, ਇਹਦਾ ਵੀ ਕੋਈ ਮਾਂ ਬਾਪ ਹੋਣਾ, ਮਾਂ ਬਾਪ ਤੋਂ ਬਿਨਾਂ ਸੰਤਾਨ ਨਹੀਂ ਹੁੰਦੀ। ਹੁਣ ਦੱਸੋ ਜੀ ਸੂਰਜ ਦਾ ਪਿਓ ਕੌਣ ਹੈ? ਇਹਨਾਂ ਕਿਤੇ ਸੁਣਿਆ ਹੋਊਗਾ ਵੀ ਸੂਰਜ ਦਾ ਪੁੱਤ ਲੱਗਦਾ ਧਰਮਰਾਜ। ਹੁਣ ਧਰਮਰਾਜ ਦਾ ਦਾਦਾ ਕਿਹੜਾ ਜੀ? ਫਿਰ ਜੰਮਦਾ ਦਾਦਾ ਉਹਦਾ ਨਾਂ ਹੈ ਕਸ਼ਯਪ ਰਿਸ਼ੀ, ਕਸ਼ਯਪ। ਹੁਣ ਕਸ਼ਯਪ ਰਿਸ਼ੀ ਦਾ ਤਪ ਬਹੁਤ ਵੱਡਾ ਸੀ, ਬਹੁਤ ਵੱਡੀ ਬੰਦਗੀ ਵਾਲਾ ਸਾਧੂ ਹੈ, ਦਿਨ ਰਾਤ ਤਪੱਸਿਆ ਕਰਦਾ। ਤਪੱਸਿਆ ਇੰਨੀ ਘਨਘੋਰ ਸੀ ਵੀ ਤਪ ਕਰਕੇ ਇਹਨੇ ਜਿੰਨੇ ਦੇਵੀ ਦੇਵਤੇ ਸੀ ਸਾਰੇ ਕਾਬੂ ਕਰ ਲਏ। ਕਾਬੂ ਤੋਂ ਭਾਵ ਵੀ ਸਾਰੇ ਸਤਿਕਾਰ ਕਰਦੇ ਸੀ, ਹੁਕਮ ਚ ਰਹਿੰਦੇ ਸੀ, ਰਿਸਪੈਕਟਡ ਹੋ ਗਏ, ਉਹ ਗੱਲ ਹੀ ਨਹੀਂ ਮੁੜਦਾ। ਹੁਣ ਕਸ਼ਯਪ ਰਿਸ਼ੀ ਨੇ ਵਿਆਹ ਕਰਾਇਆ, ਇਹਨੂੰ ਪਹਿਲਾਂ ਵਿਆਹ ਦਾ ਨਹੀਂ ਸੀ ਪਤਾ, ਭਗਤੀ ਬਹੁਤ ਕਰਨਾ ਸੀ। ਕਹਿੰਦੇ ਜਦੋਂ ਵਿਆਹ ਕਰਾਇਆ ਇਹਨੂੰ ਚੰਗਾ ਲੱਗਾ, ਕਹਿੰਦਾ ਮੈਂ ਇੱਕ ਹੋਰ ਕਰਾਉਣਾ ਹੈ। ਫਿਰ ਕੀ ਹੈ, ਹੁਣ ਜਿਵੇਂ ਸਰੀਂਗੀ ਰਿਸ਼ੀ ਦਾ ਜ਼ਿਕਰ ਆਉਂਦਾ, ਉਹਨੇ ਸਾਰੀ ਜ਼ਿੰਦਗੀ ਔਰਤ ਨਹੀਂ ਸੀ ਵੇਖੀ, ਜਿੱਦਣ ਉਹ ਜੰਮਿਆ ਸੀ ਮਾਂ ਜੰਮ ਕੇ ਮਰ ਗਈ, ਜੰਗਲ ਚ ਹੀ ਰਿਹਾ, ਭਗਤੀ ਕਰਦਾ ਰਿਹਾ, ਜਿੱਦਣ ਉਹਨੇ ਔਰਤਾਂ ਵੇਖੀਆਂ ਡੁੱਲ ਗਿਆ, ਕਹਿੰਦਾ ਵਾਹ ਇਹ ਤੇ ਸੋਹਣੀ ਨਹੀਂ ਬਣੀ। ਫਿਰ ਪ੍ਰਭੂ ਪ੍ਰਗਟ ਹੋ ਕੇ ਆਖਣ ਲੱਗੇ, ਕਹਿੰਦੇ ਵੇ ਸੰਸਾਰੀਆ ਭਗਤੀ ਕਰਕੇ ਕਾਮੀ ਬਣ ਗਿਆ, ਵੇਖ ਤੈਨੂੰ ਮਾਇਆ ਡੁਲਾ ਗਈ ਆ, ਤੁਸਾਰਾਮ ਏਦਾਂ ਡੁਲਾਉਂਦੀ ਮਾਇਆ। ਕਹਿੰਦੇ ਕਸ਼ਯਪ ਰਿਸ਼ੀ ਤੇ ਮਾਇਆ ਪੈ ਗਈ, ਉਹਨੇ ਕੀ ਸੋਚਿਆ, ਕਹਿੰਦਾ ਯਾਰ ਮੈਂ ਕਈ ਵਿਆਹ ਕਰਾਵਾਂ ਵੀ ਔਰਤਾਂ ਸੋਹਣੀਆਂ ਬਣੀਆਂ। ਇੱਕ ਸਾਧੂ ਦੀ ਵਿਰਤੀ ਬਦਲ ਗਈ, ਚਲੋ ਵਿਆਹ ਕਰਾਉਣਾ ਤੇ ਕੋਈ ਮਾੜਾ ਨਹੀਂ ਹੈ। ਕਸ਼ਯਪ ਰਿਸ਼ੀ ਨੇ ਕਹਿੰਦੇ ਕਈ ਵਿਆਹ ਕਰਾਉਣੇ, ਕਈ ਇੱਕ ਅੱਧਾ ਨਹੀਂ, ਕਈ ਕਰਾਉਣੇ। ਮੌਜ ਹੈ ਸਾਧੂ ਦੀ, ਜਿੱਧਰ ਪਾਸੇ ਮਨ ਲੱਗਦੇ ਲੱਗ ਜਾਂਦੇ। ਅੱਜ ਵੀ ਦੁਨੀਆਂ ਚ ਬੜੇ ਲੋਕਾਂ ਦੀ ਇਹ ਮਨ ਦੀ ਵਿਰਤੀ ਹੁੰਦੀ ਹੈ, ਬੁੱਢੇ ਬਾਰੇ ਵੀ ਉਹ ਜ਼ਮੀਨਾਂ ਹੀ ਖਰੀਦੀ ਜਾਂਦੇ, ਮਨ ਲੱਗਾ ਤਿੰਨੇ ਪਾਸੇ, ਆਹ ਵੀ ਪਲਾਟ ਖਰੀਦ ਲਓ, ਆਹ ਵੀ ਕੋਠੀ ਖਰੀਦ ਲਓ, ਆਹ ਵੀ ਕੀਲਾ ਖੱਤਾ ਖਰੀਦ ਲਓ, ਹੁੰਦੀ ਹੈ ਨਾ। ਬੀਬੀਆਂ ਦਾ ਮਨ ਲਗਾਉਂਦਾ ਕੱਪੜੇ ਖਰੀਦ ਲਈਏ, ਆਹ ਜਿੱਥੇ ਮਿਲ ਗਿਆ ਸੇਲ ਤੇ ਆਹ ਵੀ ਚੁੱਕ ਲਾ, ਕੰਮ ਆਉਣਾ ਨਹੀਂ ਹੁਣ ਲੈ ਲਾ, ਬਸ ਕੱਢੋ ਪੈਸੇ ਪਰਚੋ ਖਾਲੀ ਕਰੋ ਲੈ ਲਓ। ਤੇ ਕਈ ਡਿਪਾਰਟਮੈਂਟ ਏਦਾਂ ਦੇ ਹੁੰਦੇ, ਉਹ ਵੇਖਦੇ ਵੀ ਲੰਗਰ ਕਿੱਥੇ ਲੱਗਾ, ਕੱਢਿਆ ਲਿਫਾਫਾ ਪਾ ਵਾਲੀ ਹੁੰਦਾ। ਤੇ ਕੁਛ ਲੋਕ ਏਦਾਂ ਦੇ ਹੈ, ਉਹਨਾਂ ਦੀ ਬਿਰਤੀ ਹਰ ਥਾਂ ਤੇ ਹੁੰਦੀ, ਉਹ ਜਿਸ ਥਾਂ ਤੇ ਜਾਂਦੇ ਵੀ ਇੱਥੋਂ ਕੋਈ ਪੈਂਪਲੇਟ ਮਿਲ ਜੇ, ਇੱਥੋਂ ਦਾ ਇਤਿਹਾਸ ਮਿਲ ਜੇ, ਇਹਨੂੰ ਮੈਂ ਸਮੋ ਕੇ, ਇਹਨੂੰ ਮੈਂ ਪਰੋ ਕੇ ਰੱਖਣਾ, ਮੈਂ ਪੜ੍ਹਨਾ। ਚਾਹੇ ਉਹ 80 ਸਾਲ ਹੋਣ, 90 ਸਾਲ ਦੇ, ਉਹ ਪੜ੍ਹਦੇ ਰਹਿੰਦੇ ਆ, ਉਹਨਾਂ ਨੂੰ ਆਨੰਦ ਮਿਲਦਾ ਹੈ, ਮਤਲਬ ਜਿੱਥੇ ਮਨ ਲੱਗਾ ਉੱਥੇ ਲੱਗਾ ਰਹਿੰਦਾ। ਕਸ਼ਯਪ ਰਿਸ਼ੀ ਦਾ ਮਨ ਭਗਤੀ ਕਰਦੇ ਕਰਦੇ ਇੱਧਰ ਨੂੰ ਹੋ ਗਿਆ, ਬਦਲ ਗਿਆ, ਉਹਨੇ ਵਿਆਹ ਕਰਾ ਲਏ ਕਈ। ਹੁਣ ਭਗਤੀ ਬਹੁਤ ਸੀ, ਜਿਹੜੀ ਔਰਤ ਕੋਲ ਜ਼ਿਕਰ ਚੱਲਿਆ ਕਰੇ ਵਿਆਹ ਦਾ, ਲੜਕੀ ਕੋਲ, ਉਹ ਕਹਿੰਦੀ ਰਿਸ਼ੀ ਜੀ ਮੈਂ ਤੁਹਾਡੀ ਪਤਨੀ ਜੀ, ਮੈਨੂੰ ਇਹੋ ਜਿਹਾ ਭਗਤੀ ਵਾਲਾ ਕਿੱਥੇ ਮਿਲ ਲੈਣਾ ਸੁੱਖ ਨਾਲ। ਕਹਿੰਦੇ ਕਈ ਔਰਤਾਂ ਹੋ ਗਈਆਂ, ਕਈ ਘਰ ਵਾਲੀਆਂ,
ਹੁਣ ਮਹਾਪੁਰਸ਼ਾਂ ਨੂੰ ਤੇ ਰੋਟੀ ਚਾਰੇ ਪਾਸੇ ਸੰਦਾ ਵੀ ਇਧਰ ਖਾ ਲੋ ਇਧਰ ਖਾ ਲੋ ਚੜਾਈ ਹੈ। ਕਸ਼ਯਪ ਰਿਸ਼ੀ ਦਾ ਬੜਾ ਸਤਿਕਾਰ ਹੋਇਆ। ਉਹ ਕਹਿੰਦਾ ਮੈਂ ਜੰਗਲਾਂ ਚ ਬੈਠਾ ਤਪ ਕਰ ਕਰਕੇ ਗਰਮੀ ਸਰਦੀ ਠਰੀ ਗਿਆ ਮੌਜ ਤੇ ਆਹਾ ਜੀ ਜੀ ਕਰਨ ਵਾਲਾ ਫਿਰਦਾ ਬੜਾ ਖੁਸ਼ ਹੋਇਆ ਕਸ਼ਯਪ। ਹੁਣ ਕਸ਼ਯਪ ਰਿਸ਼ੀ ਦੀ ਖੁਸ਼ੀ ਦਾ ਟਿਕਾਣਾ ਕੋਈ ਨੀ, ਸਗੋਂ ਪਤਨੀਆਂ ਵੀ ਭਗਤੀ ਕਰਨ ਲੱਗੀਆਂ ਨਾਲ ਬੈਠ ਕੇ। ਉਹ ਕਹਿੰਦੇ ਵੇਖੋ ਜੀ ਸਾਨੂੰ ਤੁਹਾਡਾ ਭਗਤੀ ਦਾ ਗੁਣ ਚੰਗਾ ਲੱਗਦਾ ਸੀ, ਤੁਸੀਂ ਨਾਮ ਜਪਦੇ ਹੋ ਸਾਨੂੰ ਆਪਣੇ ਵਰਗਾ ਬਣਾ ਲਓ, ਕਹਿੰਦਾ ਆ ਜਾਓ ਫਿਰ ਲਾਓ ਚੌਂਕੜੇ। ਕਸ਼ਯਪ ਰਿਸ਼ੀ ਨੇ ਐਸੀ ਕਿਰਪਾ ਆਪਣੀਆਂ ਧਰਮ ਪਤਨੀਆਂ ਤੇ ਕਰ ਦਿੱਤੀ ਵੀ ਉਹ ਵੀ ਬੰਦਗੀ ਵਾਲੀਆਂ ਹੋ ਗਈਆਂ। ਜੈਸੋ ਜੈਸਾ ਸੇਵੀ ਹੈ, ਤੈਸੋ ਜੈਸਾ ਸੇਵੀ ਹੈ, ਜੈਸੀ ਸੇਵ ਕਮਾਏ। ਬੰਦਾ ਜਿਹੋ ਜਿਹੇ ਮਨੁੱਖ ਨਾਲ ਉੱਠਦਾ ਬਹਿੰਦਾ ਜਿਹੋ ਜਿਹੀ ਸੰਗਤ ਕਰਦਾ ਉਹਦੀ ਬਿਰਤੀ ਦਾ ਪ੍ਰਭਾਵ ਉਹੋ ਹੀ ਬਣ ਜਾਂਦਾ। ਕਹਿੰਦੇ ਕਸ਼ਯਪ ਰਿਸ਼ੀ ਦੀਆਂ ਪਤਨੀਆਂ ਜਦੋਂ ਲੱਗੀਆਂ ਭਗਤੀ ਕਰਨ, ਹੁਣ ਸੁਭਾਵਿਕ ਗੱਲ ਹੈ ਜੀ ਜੇ ਮਾਂ ਭਗਤੀ ਕਰੂਗੀ ਕੁੱਖ ਵਿੱਚ ਪਲਣ ਵਾਲਾ ਵੀ ਮਹਾਨ ਹੋਊਗਾ। ਉਹ ਸੀਰੀਅਲ ਵੇਖਣ ਵਾਲੀਆਂ ਨੇ ਭਗਤ ਸਿੰਘ ਦੀਆਂ ਬਣਿਆ ਕਲਯੁਗੀ ਬਿਰਤੀ ਵੇਖਣ ਵਾਲੀਆਂ ਮਾਵਾਂ ਇਹਨਾਂ ਕਿਹੜੇ ਯੁੱਧ ਜੰਮਣ ਜੰਮਣਗੀਆਂ ਉਹ ਜਿਹਨਾਂ ਦੀ ਕੁੱਖ ਚ ਵੀ ਬੰਦਗੀ ਹੈ ਮੁੱਖ ਚ ਵੀ ਬੰਦਗੀ ਹੈ। ਕਹਿੰਦੇ ਕਸ਼ਯਪ ਰਿਸ਼ੀ ਦੀਆਂ ਔਰਤਾਂ ਨੇ ਇੰਨੀ ਕੁ ਤਪੱਸਿਆ ਇੰਨੀ ਕੁ ਬੰਦਗੀ ਕਰ ਲਈ, ਕਹਿੰਦੇ ਵੀ ਉਹ ਬੰਦਗੀ ਦਾ ਅਸਰ ਉਹਨਾਂ ਦੀ ਕੁੱਖ ਤੇ ਹੋ ਗਿਆ। ਗੁਰਬਾਣੀ ਅੱਜ ਵੀ ਮੰਨਦੀ ਹੈ ਸਦਾ ਮੰਨੇ ਗੁਰਬਾਣੀ ਨੇ ਕਿਹਾ ਜੇ ਮਾਂ ਦੀ ਭਗਤੀ ਹੈ ਤੇ ਧੀ ਪੁੱਤ ਵੀ ਵੈਸੇ ਹੋਣਗੇ। ਸਿੱਧੇ ਸਪਸ਼ਟ ਬਚਨ ਗੁਰੂ ਸਾਹਿਬ ਨੇ ਲਿਖੇ ਨੇ ਕਲਯੁਗ ਦਾ ਵੇਰਵਾ ਮਰਜ ਨੇ ਦੱਸਤਾ, ਕਹਿੰਦੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ। ਕੱਲੀ ਨਾਮ ਕਲਯੁਗ ਦਾ, ਕਹਿੰਦੇ ਕਲਯੁਗ ਦੇ ਵਿੱਚ ਜਿੰਨ ਭੂਤਾਂ ਦਾ ਅਵਤਾਰ ਹੋਣਾ, ਮਤਲਬ ਜੰਮਣਗੇ। ਪੁੱਤ ਜਰੂਰਾ, ਧੀ ਜਰੂਰੀ, ਜਰੂਰਾ ਮਤਲਬ ਜਿੰਨ, ਮਤਲਬ ਭੂਤ ਤੋਂ ਵੱਡਾ ਰੁਤਬਾ ਜਿੰਨਾ ਦਾ, ਲੱਖਾਂ ਸਾਲਾਂ ਉਮਰ ਹੁੰਦੀ ਉਹਨਾਂ ਦੀ। ਮਰਦ ਕਹਿੰਦੇ ਪੁੱਤ ਵੀ ਜਿੰਨ ਜੰਮਣਗੇ, ਧੀਆਂ ਜਨੂਰੀਆਂ ਜੰਮਣਗੀਆਂ ਕਲਯੁਗ ਦੇ ਵਿੱਚ। ਅੱਜ ਹੋ ਰਿਹਾ, ਅੱਜ ਇੰਸਟਾ ਖੋਲ ਕੇ ਵੇਖੋ, ਰੀਲਾਂ ਖੋਲ ਕੇ ਵੇਖੋ, ਕੌਣ ਨੇ ਇਹ ਉਹੀ ਜਿੰਨ ਭੂਤ ਦੀਆਂ ਲੱਗਦੀਆਂ, ਇਹਨਾਂ ਦਾ ਜ਼ਿਕਰ ਬਾਣੀ ਨੇ ਕੀਤਾ। ਪੁੱਤ ਜਨੂਰਾ ਧੀ ਜਨੂਰੀ, ਇਹ ਆਏ ਕਿੱਥੋਂ? ਜੋਰੂ ਜਿੰਨਾ ਦਾ ਸਿਕਦਾਰ। ਜੋਰੂ ਨਾਮ ਔਰਤ ਦਾ, ਸਿਕਦਾਰ ਨਾਮ ਮਾਲਕ ਦਾ ਹੈ। ਕਹਿੰਦੇ ਜਿਨ੍ਹਾਂ ਦੀ ਮਾਲਕ ਜਿਨ੍ਹਾਂ ਦੀ ਮਾਂ ਆਪ ਭੂਤਨੀ ਹੈ, ਫਿਰ ਭੂਤਾਂ ਦੀ ਔਲਾਦ ਭੂਤਾਂ ਵਰਗੀ ਹੁੰਦੀ ਹੈ ਤੇ ਭਗਤਾਂ ਦੀ ਔਲਾਦ ਭਗਤਾਂ। ਹਰਨਾਕਸ਼ ਦੀ ਪਤਨੀ ਭਗਤੀ ਕਰਦੀ ਸੀ ਨਾ, ਪੁੱਤ ਕੌਣ ਸੀ? ਪ੍ਰਹਿਲਾਦ ਜੀ। ਰਾਜੇ ਉਤਾਨ ਪਾਤ ਦੀ ਰਾਣੀ ਸੁਨੀਤਾ ਭਗਤੀ ਕਰਦੀ ਸੀ, ਪੁੱਤ ਕੌਣ ਸੀ? ਭਗਤ ਧਰੂ। ਮਾਂ ਦੀ ਕੁੱਖ ਸੁਲੱਖਣੀ ਹੋ ਜਾਂਦੀ ਜੇ ਉਹਨੇ ਬੰਦਗੀ ਕੀਤੀ ਹੋਵੇ ਤੇ ਧੀ ਪੁੱਤ ਜੰਮਦੇ ਵੀ ਬੰਦਗੀ ਵਾਲੇ ਨੇ। ਕਹਿੰਦੇ ਹੁਣ ਕਸ਼ਯਪ ਰਿਸ਼ੀ ਦਾ ਵਿਆਹ ਹੋਇਆ ਸੀ, ਇੱਕ ਦੋ ਔਰਤਾਂ ਨੂੰ ਛੱਡ ਕੇ ਬਾਕੀ ਭਗਤੀ ਵਾਲੀਆਂ ਸੀ, ਕਿੱਦਾਂ ਦੀਆਂ ਸੀ? ਉਹ ਭਗਤੀ ਕਰਦੀਆਂ ਸੀ ਪਰ ਮਨ ਨਹੀਂ ਸੀ ਲੱਗਦਾ ਉਹਨਾਂ ਦਾ, ਬਿਰਤੀ ਸੰਸਾਰੀ ਸੀ, ਇੱਧਰ ਉੱਧਰ ਦੀਆਂ ਗੱਲਾਂ ਸੁਣਨੀਆਂ ਕਰਨੀਆਂ, ਫਿਰ ਉਹ ਸੰਤਾਨ ਤੇ ਅਸਰ ਪੈਂਦਾ ਹੀ ਹੈ ਕਿਉਂਕਿ ਜਿਹੜਾ ਕੁੱਖ ਵਿੱਚ ਹੈ ਮਾਂ ਦਾ ਖਾਧਾ ਮਾਂ ਦਾ ਪੀਤਾ ਉਸ ਬੱਚੇ ਕੋਲ ਜਾਂਦਾ, ਮਾਂ ਜੋ ਸੁਣਦੀ ਮਾਂ ਜੋ ਬੋਲਦੀ ਮਾਂ ਜੋ ਵੇਖਦੀ ਹੈ ਉਹਦਾ ਸਾਰਾ ਪ੍ਰਭਾਵ ਉਸ ਬੱਚੇ ਤੇ ਜਾ ਰਿਹਾ। ਬੱਚਾ ਜੇ ਕੁਝ ਸਿੱਖਦਾ ਏ ਨਾ ਸਕੂਲੋਂ ਸਿੱਖਦਾ ਨਾ ਘਰੋਂ ਸਿੱਖਦਾ, ਮਾਂ ਦੀ ਕੁੱਖ ਚੋਂ ਸਿੱਖਦਾ, ਉਹ ਸਤਨਾਮ ਸਭ ਕੁਝ ਸੁਣਦਾ, ਮਾਂ ਕੀ ਗੱਲਾਂ ਕਰਦੀ ਹੈ ਉਹਦੀ ਸਿਮਰਤੀ ਬਣ ਜਾਂਦੀ ਹੈ, ਉਹਨੂੰ ਕਹਿੰਦੇ ਸਿਮਰਤੀ। ਵੀ ਜੋ ਇਹਨੇ 9 ਮਹੀਨਿਆਂ ਚ ਸਿਮਰਿਆ, ਜੋ ਕਲੈਕਟ ਕੀਤਾ ਹੋਇਆ, ਜਦੋਂ ਵੱਡਾ ਹੋਇਆ
ਉਹਨੂੰ ਸਮਝ ਆਉਣ ਲੱਗ ਗਈ, ਉਹਨੂੰ ਕੋਈ ਗਲਤ ਗੱਲ ਦੱਸੋ, ਕਹਿੰਦਾ ਲੈ ਇਹਦੇ ਬਾਰੇ ਤੇ ਮੈਨੂੰ ਪਤਾ, ਆਹ ਕੰਮ ਤੇ ਮੈਂ ਕਰ ਸਕਦਾ ਬੜੇ ਆਰਾਮ ਨਾਲ, ਚੰਗਾ ਕੰਮ ਸਮਝਾਓ, ਕਦੇ ਪਾਸੇ ਨਹੀਂ ਆਊਗਾ। ਹਾਂ, ਜਿਹੜਾ ਭਗਤੀ ਵਾਲਾ ਜਿਹਦੀ ਮਾਤਾ ਨੇ ਬਹਿ ਕੇ ਸੁਖਮਨੀ ਸਾਹਿਬ ਕੀਤਾ, ਜਪਜੀ ਸਾਹਿਬ ਦਾ ਜਾਪ ਕੀਤਾ, ਨਾਮ ਜਪਿਆ, ਸਿਮਰਨ ਕੀਤਾ, ਉਹ ਬੱਚੇ ਕੋਲ ਮਾੜੀ ਜੀ ਗੱਲ ਕਰੋ ਬੰਦਗੀ ਦੀ, ਉਹ ਕਹਿੰਦਾ ਮੈਨੂੰ ਸਾਰਾ ਪਾਠ ਯਾਦ ਹੈ। ਕਿਉਂ? ਉਹਦੀ ਸਿਮਰਤੀ ਵਿੱਚ ਬੰਦਗੀ ਹੈ, ਉਹ ਕਿਰਪਾ ਉਹਨੂੰ ਉਹਦੀ ਮਾਤਾ ਤੋਂ ਹੋਈ ਹੈ। ਹੁਣ ਕਸ਼ਯਪ ਦੀਆਂ ਕੁਝ ਪਤਨੀਆਂ ਧਾਰਮਿਕ ਨੇ ਤੇ ਕੁਝ ਦੁਨਿਆਵੀ ਵਿਰਤੀ ਵਾਲੀ ਸੀ। ਉਹਨਾਂ ਨੂੰ ਲੱਗਦਾ ਸੀ ਸਾਡਾ ਪਤੀ ਕੋਲ ਬੈਠਾ ਠੀਕ ਹੈ, ਉੱਤੋਂ ਉੱਤੋਂ ਰਾਮ ਰਾਮ ਕਰੀ, ਅੰਦਰ ਵੜ ਕੇ ਕੀ ਨੇ ਵੇਖਿਆ ਵੀ ਮਨ ਵਿੱਚ ਕੀ ਚੱਲਦਾ ਏ। ਜਣੇ ਦਿੱਤੇ ਨੇ ਦੈਤ ਕਰਾਲ, ਦਾਨਵ ਤੇ ਦਾਨਵ ਭਏ ਵਿਸਾਲ। ਪਹਿਲੀ ਪਤਨੀ ਜਿਹਦਾ ਨਾਂ ਸੀ ਅਦਿੱਤੀ, ਉਹਦਾ ਭਗਤੀ ਚ ਧਿਆਨ ਘੱਟ ਸੀ ਤੇ ਉਹਦੀ ਕੁੱਖ ਤੋਂ ਜਨਮ ਲਿਆ ਦੈਂਤਾਂ ਨੇ। ਦੈਂਤਾਂ ਦੀ ਮਾਂ ਸੀ ਅਦਿੱਤੀ। ਦੂਜੀ ਪਤਨੀ ਦਾ ਨਾਂ ਸੀ ਦਨ, ਇਹ ਭੈਣਾਂ ਹੁੰਦੀ, ਭੈਣ ਦਾ ਅਸਰ ਭੈਣ ਤੇ ਪਿਆ। ਕਹਿੰਦੇ ਉੱਤੋਂ ਉੱਤੋਂ ਭਗਤੀ ਕਰਿਆ ਕਰਿਓ, ਬੜੀਆਂ ਗੱਲਾਂ ਭਗਤੀ ਦੀਆਂ, ਅੰਦਰ ਕੱਖ ਨਹੀਂ ਸੀ। ਇਹਦੇ ਵੀ ਘਰੇ ਇੱਕ ਬੱਚੇ ਦਾ ਜਨਮ ਹੋਇਆ, ਇੱਕ ਕੀ ਇਹਦੇ ਘਰ 40 ਬੱਚਿਆਂ ਦਾ ਜਨਮ ਬਾਅਦ ਵਿੱਚ ਹੋਇਆ। ਦਨ ਦੇ ਢਿੱਡੋਂ ਪੈਦਾ ਹੋਏ, ਉਹਨਾਂ ਨੂੰ ਕਹਿਣ ਲੱਗ ਗਏ ਦਾਨਵ। ਧਿਆਨ ਦੇ ਕੇ ਸੁਣਿਓ ਇਹ ਕਥਾ, ਆ ਜਿੰਨੇ ਭੰਬਲ ਭੂਸੇ ਪਏ ਆ ਨਾ ਲੋਕਾਂ ਚ, ਕਿਸੇ ਨੂੰ ਇਹ ਨੀ ਪਤਾ ਦੇਵਤੇ ਕਿਹਦੇ ਜੰਮੇ, ਰਾਖਸ਼ ਕਿਹਦੇ ਜੰਮੇ, ਅੱਜ ਸੁਣੀ ਚਾਹੀਦੀ ਸਾਰਾ ਕੁਛ। ਅਦਿੱਤੀ ਦੇ ਢਿੱਡ ਤੋਂ ਪੈਦਾ ਹੋਣ ਵਾਲੇ ਬੱਚੇ ਦੈਂਤ ਪੈਦਾ ਹੋਏ, ਜਿਹਨਾਂ ਨੂੰ ਦੈਂਤ ਕਹਿੰਦੇ। ਫਿਰ ਇੱਕ ਦੰਦ ਤੋਂ ਪੈਦਾ ਹੋਏ, ਪਿਓ ਸਭ ਦੇ ਕੋਈ ਹੈ, ਕਸ਼ਯਪ ਰਿਸ਼ੀ, ਉਹ ਸੀ ਦਾਨਵ। ਗੁਰਬਾਣੀ ਚ ਵੀ ਜ਼ਿਕਰ ਹੁੰਦਾ ਹੈ, ਦਾਨਵ ਨੀ ਨਾ ਜਿਹੜੇ, ਦਾਨਵ ਦੈਂਤ ਰਾਕਸ਼ਸ਼ ਇਹ ਇੱਕੋ ਹੀ ਕੈਟਾਗਰੀ ਦੇ ਬੰਦੇ ਆ ਸਾਰੇ, ਬਸ ਬਿਰਤੀ ਕਰਕੇ। ਜਿਵੇਂ ਬਿਰਤੀ ਕਰਕੇ ਕੋਈ ਮਨਮੁੱਖ ਹੈ, ਕੋਈ ਗੁਰਮੁੱਖ, ਉਹ ਲੱਤਾਂ ਬਾਹਾਂ ਦੇ ਬਰਾਬਰ ਹੀ ਨਹੀਂ ਨਜ਼ਰ ਆਉਂਦੇ, ਹੈਗੇ ਸਾਰਾ ਕੋਈ ਮਨੁੱਖਾ ਸਰੀਰ ਹੀ। ਦੰਦ ਦੇ ਢਿੱਡ ਤੋਂ ਪੈਦਾ ਹੋਣ ਵਾਲਿਆਂ ਨੂੰ ਦਾਨਵਾਂ ਦੀ ਔਲਾਦ ਆਖਣ ਲੱਗੇ ਨੇ। ਬਿਨਤਾ ਦੇ ਢਿੱਡ ਤੋਂ ਜਿਹਨੇ ਜਨਮ ਲਿਆ ਉਹਨੂੰ ਕਹਿੰਦੇ ਖਗਪਤ, ਮਤਲਬ ਗਰੜ। ਗਰੜ ਕੌਣ ਹੈ? ਵਿਸ਼ਨੂੰ ਦੀ ਸਵਾਰੀ ਮੰਨੀ ਜਾਂਦੀ ਹੈ ਉਹਨਾਂ ਧਰਮ ਦੇ ਲੋਕਾਂ ਦੇ ਵਿੱਚ, ਗੁਰਬਾਣੀ ਧਰਮ। ਕਿਉਂਕਿ ਅੱਜ ਜਿਹੜਾ ਜ਼ਿਕਰ ਚੱਲਦਾ ਹੈ ਗੁਰਬਾਣੀ ਤੇ ਗੁਰਮਤ ਦਾ ਨਹੀਂ, ਕੇਵਲ ਪੁਰਾਣਕ ਕਥਾ ਦਾ ਜ਼ਿਕਰ ਉਹਨਾਂ ਸਮਿਆਂ ਦੀਆਂ ਗੱਲਾਂ ਦਾ ਏ ਜੋ ਆਪਾਂ ਸੁਣ ਰਹੇ ਹਾਂ। ਹੁਣ ਇਹਦੇ ਪੇਟ ਤੋਂ ਜਨਮ ਹੋਇਆ ਗਰੜ ਦਾ, ਇਹਦੀ ਭਗਤੀ ਬਹੁਤ ਸੀ। ਜੇ ਗਰੜ ਦੀ ਭਗਤੀ ਸੀ ਤਾਂ ਹੀ ਉਹ ਤੇ ਫਿਰ ਵਿਸ਼ਨੂੰ ਜੀ ਨੇ ਆਪਣੀ ਸਵਾਰੀ ਬਣਾਈ। ਹੁਣ ਮਾਂ ਦੀ ਜਿਹੋ ਜਿਹੀ ਬਿਰਤੀ ਸੀ, ਉਹਨੇ ਉਹੋ ਜਿਹਾ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਕੀਤਾ ਏ। ਨਾਮ ਗਰੜ ਬੜ ਬਲੀ ਸੁਹਾਇਓ। ਕਹਿੰਦੇ ਹੁਣ ਜਿਹੜਾ ਗਰੜ ਸੀ ਉਹ ਬਲੀ ਬਹੁਤ ਸੀ, ਤੇ ਗਰੜ ਦੇ ਨਾਂ ਤੇ ਲਿਖਿਆ ਗਿਆ ਗਰੜ ਪੁਰਾਣ। ਜਿਵੇਂ ਗਰੜ ਚੁੱਕ ਲੈਂਦਾ ਨਾ ਵੱਡਿਆਂ ਵੱਡਿਆਂ ਸੱਪਾਂ ਨੂੰ, ਮੰਨਿਆ ਜਾਂਦਾ ਬਹੁਤ ਵੱਡਾ ਆਕਾਰ ਹੈ ਗਰੜ ਦਾ, ਪੰਛੀ ਹੈ ਗਰੜ। ਉਹਦੇ ਨਾਂ ਤੇ ਲਿਖਿਆ ਗਰੜ ਪੁਰਾਣ। ਗਰੜ ਪੁਰਾਣ ਵਿੱਚ ਕੀ ਲਿਖਿਆ? ਬੰਦਾ ਮਰ ਕੇ ਕਿੱਥੇ ਜਾਂਦਾ, ਕੀ ਹੁੰਦਾ, ਸਨਾਤਨ ਮਤ ਦੇ ਮੁਤਾਬਕ, ਗੁਰਬਾਣੀ ਦੇ ਮੁਤਾਬਕ ਨਹੀਂ, ਉਸ ਧਰਮ ਦੇ ਮੁਤਾਬਕ, ਕਿਵੇਂ ਮੁਕਤੀ ਹੁੰਦੀ ਹੈ, ਕਿਵੇਂ ਫਿਰ ਗੰਗਾ ਤੇ ਨਵਾਉਣਾ ਮਰਿਆ ਤੋਂ ਬਾਅਦ,
ਤਿੰਨ ਮਹੀਨਿਆਂ ਬਾਅਦ ਕੀ ਕਰਨਾ, 6 ਮਹੀਨੇ ਬਾਅਦ ਕੀ ਕਰਨਾ, ਸਾਲ ਬਾਅਦ ਕੀ ਕਰਨਾ, ਮਤਲਬ ਬੰਦੇ ਦੇ ਮਰਨ ਤੋਂ ਬਾਅਦ ਵੀ ਨਾ ਟੈਕਸ ਭਰਨਾ ਬੰਦ ਨਹੀਂ ਹੁੰਦਾ। ਸਾਡੇ ਵੀ ਕਰੀ ਜਾਂਦੇ ਆ, ਸਿੱਖਾਂ ਦੀ ਵੀ ਚੱਲ ਪਿਆ ਕੰਮ ਵੀ ਹੁਣ ਮਰ ਗਿਆ 6 ਮਹੀਨਿਆਂ ਬਾਅਦ ਛਮਾਹੀ ਦੀ, ਹੁਣ ਵਰੀਣਾ ਹੋ ਗਿਆ ਸਾਲ ਦਾ। ਇਹ ਅਸਲ ਚ ਗੁਰਮਤ ਦੀਆਂ ਚੀਜ਼ਾਂ ਥੋੜਾ ਨੇ। ਗੁਰਮਤ ਨੇ ਤੇ ਕਿਹਾ ਵੀ ਜਿਹੜਾ ਇੱਕ ਵਾਰ ਲੰਘਿਆ ਗਿਆ, ਜਿਹਨੂੰ ਤੁਸੀਂ ਆਪ ਹੀ ਫੂਕ ਆਏ ਮਿੱਟੀ ਕਰ ਆਏ, ਇੱਕ ਵਾਰ ਜਿਹਦਾ ਭੋਗ ਪੈ ਗਿਆ, ਹੁਣ ਭੋਗ ਵਾਰ ਵਾਰ ਥੋੜਾ। ਭੋਗ ਦਾ ਅਰਥ ਕੀ ਹੁੰਦਾ? ਕੋਈ ਚੀਜ਼ ਟੁੱਟ ਜੇ, ਸਿਆਣੇ ਪਹਿਲਾਂ ਬਜ਼ੁਰਗ ਕੀ ਕਹਿੰਦੇ, ਕਹਿੰਦੇ ਬਸ ਪਾਤਾ ਭੋਗ, ਵੀ ਟੁੱਟ ਗਈ ਹੁਣ ਜੁੜ ਗਈ, ਭੋਗ ਪੈ ਗਿਆ, ਕੰਮ ਨਿਬੜ ਗਿਆ। ਇੱਥੇ ਦੇ ਲੋਕ ਮਰਿਆ ਨੂੰ ਦੁਬਾਰਾ ਠਾ ਠਾ ਕੇ ਸਾਲ ਬਾਅਦ ਫੇਰ ਕਹਿੰਦੇ ਚੱਲ ਬੁੜਿਆ ਹੁਣ ਖਵਾਜ ਲੈ ਗਈਆਂ, ਵਿਹਲੇ ਸੁਗਵਾਰੇ ਲੱਗੇ ਲੋਕ। ਇਹ ਸਿੱਖ ਧਰਮ ਦਾ ਅਸੂਲ ਠੀਕ ਆ, ਕਰੀ ਸਾਰੇ ਜਾਂਦੇ ਆ, ਕਿਉਂਕਿ ਬੰਦਾ ਜਿਸ ਦੇਸ਼ ਵਿੱਚ ਰਹਿੰਦਾ ਹੁੰਦਾ ਨਾ, ਜਿਸ ਧਰਮ ਦੇ ਨਾਲ ਉਹਦੇ ਪ੍ਰਭਾਵ ਬੜਾ। ਜਿਵੇਂ ਹੁਣ ਸਾਡੇ ਕੁਝ ਗੁਰਸਿੱਖ ਵੀਰ ਨੇ ਅਰਬ ਚ ਰਹਿੰਦੇ ਆ, ਉੱਥੇ ਦੇ ਲੋਕਾਂ ਦੇ ਪ੍ਰਭਾਵ ਕਿੰਨਾ ਦਾ, ਅਰਬੀ ਲੋਕਾਂ ਦਾ। ਇਸਲਾਮ ਦਾ ਪ੍ਰਭਾਵ ਉਹਨਾਂ ਗੁਰਦੁਆਰਿਆਂ ਦੀ ਬਣਤਰ ਤੇ ਵੀ ਹੈਗਾ, ਉਹਨਾਂ ਦੀ ਬੋਲੀ ਚ ਵੀ ਹੈਗਾ। ਆ ਤੁਸੀਂ ਕੈਨੇਡਾ ਅਮੈਰੀਕਾ ਚਲੇ ਜਾਓ, ਯੂਰਪ ਚਲੇ ਜਾਓ, ਆ ਜਿਹੜੇ ਕੇਕ ਕੱਟਣ ਦੀਆਂ ਰਵਾਇਤਾਂ ਸਿੱਖਾਂ ਦੀਆਂ ਥੋੜਾ ਨੇ, ਕ੍ਰਿਸ਼ਨਾ ਦੇ ਨਾਲ ਰਹਿ ਰਹਿ ਕੇ ਭਾਈਚਾਰੇ ਚ ਉਹਨਾਂ ਦਾ ਅਸਰ ਕਬੂਲ ਲਿਆ। ਸਾਡੇ ਤੇ ਹਾਲ ਇਹੋ ਜਿਹਾ, ਅਸੀਂ ਕਿਸੇ ਨੂੰ ਸਿੱਖ ਨਹੀਂ ਬਣਾ ਸਕਦੇ, ਅਸੀਂ ਦੂਜੇ ਵਰਗੇ ਆਪ ਬਣ ਗਏ, ਅਸੀਂ ਬਣ ਗਏ ਉਹਨਾਂ ਵਰਗੇ, ਉਹ ਸਾਡੇ ਵਰਗੇ ਨਹੀਂ ਬਣੇ। ਕ੍ਰਿਸ਼ਨਾ ਦਾ ਪ੍ਰਭਾਵ ਪਿਆ, ਇਹ ਲੋਕ ਕੇਕ ਕੱਟਦੇ ਆ। ਹੁਣ ਜਿਹੜੇ ਅਫਰੀਕਾ ਚ ਰਹਿੰਦੇ ਆ ਲੋਕ, ਅਫਰੀਕਨ ਲੋਕ ਜਿਹੜੇ ਜਿਹੋ ਜਿਹੀ ਉਹਨਾਂ ਦੀ ਬੋਲੀ ਹੈ, ਚਿਹਰੇ ਮੋਹਰੇ ਨੇ, ਜਿਹੋ ਜਿਹਾ ਖਾਣਾ ਪੀਣਾ, ਜਿਹੋ ਜਿਹਾ ਸੁਭਾਅ ਹੈ, ਉੱਥੋਂ ਦੇ ਗੁਰਦੁਆਰਿਆਂ 'ਤੇ ਜਾ ਕੇ ਵੇਖੋ, ਉਹ ਲੋਕ ਉਦਾਂ ਹੀ ਕਰਦੇ ਆ, ਉਹੋ ਜਿਹੇ ਧਰਮ ਮਨਾਉਂਦੇ, ਉਹੋ ਜਿਹੇ ਪਹਿਰਾਵੇ, ਉਹੋ ਜਿਹੀਆਂ ਪੱਗਾਂ, ਫਰਕ ਪੈ ਜਾਂਦਾ। ਇਸੇ ਤਰ੍ਹਾਂ ਹੀ ਹੈ ਸਾਰਾ। ਉਸ ਵਕਤ ਕਹਿੰਦੇ ਗਰੜ ਬਲੀ ਹੋਇਆ, ਮਾਤਾ ਨੇ ਆਪਣੇ ਪੁੱਤ ਨੂੰ ਬੜੀ ਭਗਤੀ ਉੱਚੀ ਸਿੱਖਿਆ ਸਿਖਾਈ, ਪੁੱਤ ਨੀਚ ਕੰਮਾਂ ਤੋਂ ਬਚ ਕੇ। ਹੁਣ ਜਿਹੜੇ ਦਾਨ ਸੀ, ਉਹਨੇ ਤੇ ਦਾਨਵਾਂ ਨੂੰ ਸਿਖਾਇਆ ਵੀ ਜੇ ਤੁਹਾਨੂੰ ਕੋਈ ਆਖੇ ਨਾਸਾ ਪਾਉਂਦੇ ਹੋ, ਡਰਨਾ ਨਹੀਂ। ਅਦਿੱਤੀ ਨੇ ਦੈਂਤਾਂ ਨੂੰ ਸਿਖਾਤਾ ਵੀ ਤੁਸੀਂ ਕਦੇ ਗਲਤੀ ਮੰਨਣੀ ਹੋ ਰਹੀ ਆ। ਦੈਂਤਾਂ ਦਾ ਸੁਭਾਅ, ਜਿਹੜਾ ਬੰਦਾ ਗਲਤੀ ਕਰਕੇ ਮੰਨੇ ਹੀ ਨਾ, ਉਹ ਆਖੇ ਮੇਰੇ ਕਿਤੇ ਗਲਤੀ ਹੈ ਹੀ ਕੋਈ ਨੀ, ਟੱਕਰਦੇ ਤੁਹਾਨੂੰ ਸਾਰੇ, ਮਰ ਜਾਣਗੇ ਪਰ ਬੰਨਣਗੇ। ਦੈਤ ਬਿਰਤੀ, ਦੇਵਤਿਆਂ ਦੀ ਬਿਰਤੀ ਕੀ ਹੈ? ਦੇਵਤਾ ਬਿਰਤੀ ਹੁੰਦੀ ਹੈ ਵੀ ਗਲਤੀ ਨਾ ਵੀ ਹੋਈ, ਉਹ ਕਹਿੰਦਾ ਕੋਈ ਗੱਲ ਨੀ, ਮਾਫ਼ ਕਰੇ। ਇਹਨੂੰ ਕਹਿੰਦੇ ਆਪਾਂ ਦੇਵਤਾ ਸੁਭਾਅ, ਗਊ ਸੁਭਾਅ। ਹੁਣ ਜਦੋਂ ਇੰਨੇ ਪੁੱਤਰ ਹੋਏ, ਸਭ ਦਾ ਪਿਤਾ ਇੱਕ ਹੀ ਹੈ ਕਸ਼ਪ, ਕਿਉਂਕਿ ਕਸ਼ਪ ਨੇ ਵਿਆਹ ਕਰਾਇਆ, ਸਭ ਉਹਦੀਆਂ ਪਤਨੀਆਂ ਨੇ। ਕਦਰੋਂ ਨੇ ਪਨਗੇ ਪਜਾਏ, ਇਤਿਆਦਕ ਇਸਤਰੀ ਸਮਦਾਏ। ਇੱਕ ਇਸਤਰੀ ਦਾ ਨਾਂ ਸੀ ਕਦਰੂ, ਇਹਦਾ ਤੇ ਭਗਤੀ ਨਾਲ ਦੂਰ ਦੂਰ ਤੱਕ ਲੈਣ ਦੇਣ ਨਹੀਂ ਸੀ, ਦੂਰ ਮਤਲਬ ਕਈ ਕਈ ਕਿਲੋਮੀਟਰ, ਕੋਈ ਲੈਣ ਦੇਣ ਨਹੀਂ ਸੀ ਭਗਤੀ ਨਾਲ। ਹੁਣ ਉਹਦੇ ਢਿੱਡੋਂ ਜਿਹੜੇ ਜੰਮੇ ਉਹ ਸੀ ਸੱਪ, ਹੁਣ ਸੱਪ ਤੇ ਜ਼ਹਿਰੀਲਾ ਹੀ ਹੈ, ਕਿਉਂਕਿ ਜੇ ਸੱਪਾਂ ਦੀ ਮਾਂ ਜ਼ਹਿਰੀ ਹੈ ਤਾਂ ਪੁੱਤ ਵੀ ਉਹ ਨਹੀਂ ਹੋਣਗੇ। ਵੀ ਕਿਸੇ ਦੀ ਗਲਤੀ ਹੋਵੇ ਨਾ ਹੋਵੇ, ਜਿਹੜਾ ਆ ਗਿਆ ਡੰਗ ਤੋਂ ਵੱਜਣਾ, ਵੀ ਲੋਕ ਸਾਡੇ ਤੋਂ ਡਰਨ, ਅਸੀਂ ਕਿਸੇ ਤੋਂ ਕੀ ਲੈਣਾ। ਹੁਣ ਕਦਰੂ ਦੀ ਪੇਟ ਤੋਂ ਜਨਮ ਲੈਣ ਵਾਲੇ, ਕੁੱਖ ਤੋਂ ਜਨਮ ਲੈਣ ਵਾਲੇ ਨਾਗ ਸਨ ਸੱਪ, ਤੇ ਉਹ ਜ਼ਹਿਰੀਲੇ ਬੜੇ ਸੀ, ਕਿਉਂਕਿ ਉਹਨਾਂ ਦੀ ਮਾਂ ਤੋਂ ਗੁੜਤੀ ਮਿਲੀ ਸੀ ਵੀ ਆਪਾਂ ਗਲਤ ਨਹੀਂ, ਗਲਤ ਲੋਕ ਨੇ। ਕਈ ਮਾਂ ਬਾਪ ਸਿਖਾਉਂਦੇ ਆਪਣੇ ਬੱਚਿਆਂ ਨੂੰ, ਪੁੱਤ ਆਪਾਂ ਗਲਤੀ ਨਹੀਂ ਮੰਨਣੀ, ਆਪਾਂ ਥੋੜਾ ਗਲਤ, ਤੇਰਾ ਚਾਚਾ ਗਲਤ, ਤੇਰਾ ਤਾਇਆ ਗਲਤ, ਤੇਰਾ ਫੁੱਫੜ ਗਲਤ, ਅਸੀਂ ਤੇ ਸਹੀ ਬੰਦੇ ਆ।
ਉਹ ਜਵਾਕ ਸਾਰੀ ਜ਼ਿੰਦਗੀ ਬਸ ਲੋਕਾਂ ਤੋਂ ਛਿੱਤਰੇ ਖਾਂਦੇ ਫਿਰੀ ਜਾਂਦੇ। ਉਧਰੋਂ ਬੱਜੀਆਂ ਇੱਧਰ ਨੂੰ ਆ ਗਏ, ਹੁਣ ਇਹਨੂੰ ਆਪਣਾ ਬਣਾ ਲਿਆ, ਇੱਥੋਂ ਲਾਪਾ ਕਰਾ ਲਈ, ਹੁਣ ਉੱਧਰ ਬਹਿ ਗਏ। ਮਿਲਦੇ ਏਦਾਂ ਦੇ ਲੋਕ ਸਮਾਜ ਵਿੱਚ। ਕਹਿੰਦੇ ਹੁਣ ਕਦਰੂ ਦੀ ਪਿੱਠ ਤੋਂ ਜਨਮ ਲੈਣ ਵਾਲੇ ਸੀ ਪੰਨਗ। ਪੰਨਗ ਨਾਮ ਹੁੰਦਾ ਸੱਪਾਂ ਦਾ ਸੰਸਕ੍ਰਿਤ, ਪੰਨਗ। ਭਿੱਗੀ ਨੂੰ ਇੱਕ ਵਾਰ ਪੈ ਗਏ ਫਿਰ ਬਚਣ ਦਾ ਕੰਮ ਔਖਾ। ਅੱਗ ਵਾਲਾ ਹਾਲ ਆ ਸੱਪਾਂ, ਸੱਪ ਜ਼ਹਿਰੀਲੇ। ਪਰ ਕਸ਼ਯਪ ਰਿਸ਼ੀ ਤੋਂ ਸਾਰੇ ਡਰਦੇ ਸੀ ਕਿਉਂਕਿ ਪਿਤਾ ਸੀ। ਨਾਗਾਂ ਦਾ, ਜੱਛਾਂ ਦਾ, ਦਾਨਵਾਂ ਦਾ, ਦੈਤਾਂ ਦਾ ਪਿਓ ਇੱਕ ਹੀ ਹੈ, ਉਹਨੂੰ ਕਸ਼ਯਪ ਆਖਦੇ ਨੇ। ਦਿੱਤੇ ਤੇ ਸਭ ਦੇਵ ਭਏ ਹੈ, ਸੁਦਾ ਪਾਠ ਅਮਰ ਥੀਏ ਹੈ। ਅਦਿੱਤੀ ਦੇ ਪੇਟ ਤੋਂ ਜਨਮ ਲੈਣ ਵਾਲੇ ਜਿਨ੍ਹਾਂ ਦਾ ਦੁਬਾਰਾ ਜਨਮ ਹੋਇਆ ਉਹ ਸਾਰੇ ਸੀ ਦੇਵਤੇ, ਭਗਤੀ ਵਾਲੇ, ਨਾਮ ਜਪਦੇ ਬਹੁਤ। ਫਿਰ ਮਾਂ ਦਾ ਅਸਰ ਫਿਰ ਪੈ ਗਿਆ ਨਾ, ਪ੍ਰਭਾਵ ਜਿਹੋ ਜਿਹਾ ਸੀ ਉਹੋ ਜਿਹੇ ਹੋ ਗਏ ਸਾਰੇ। ਹੁਣ ਤੁਸੀਂ ਆਪ ਵੇਖੋ, ਮੈਂ ਬੜੀ ਵਾਰ ਅੱਗੇ ਵੀ ਕਥਾ ਚੱਲਦੀ ਹੈ ਜ਼ਿਕਰ ਕਰਦਾ ਹੁੰਦਾ, ਕਈ ਵਾਰ ਪੁੱਛਦੇ ਵੀ ਹੁੰਦੇ ਆ ਵੀ ਭਾਈ ਸਾਹਿਬ ਤੁਸੀਂ ਕਹਿੰਦੇ ਰਾਕਸ਼ ਦੇਵ ਤੇ ਸਾਰੇ ਇਕੱਠੇ ਹੈ। ਮੈਂ ਤਾਂ ਕਹਿੰਦਾ ਹੁੰਦਾ ਸੀ ਵੀ ਇਕੱਠੇ ਤਾਰੇ ਪਿਓ ਇੱਕੋ ਹੀ ਹੈ। ਮਾਂ ਅਲੱਗ ਅਲੱਗ ਹੋਣ ਕਰਕੇ ਪ੍ਰਭਾਵ ਪੈ ਜਾਂਦਾ, ਜਿਵੇਂ ਕੋਈ ਇੱਕ ਬੰਦਾ ਦੋ ਵਿਆਹ ਕਰਾਵੇ। ਹੁਣ ਹੈ ਬੱਚੇ ਇੱਕੋ ਪਿਓ ਦੇ ਨੇ ਦੋਨੇ ਮਾਵਾਂ ਕੋਲ, ਪਰ ਉਹ ਦੂਜੀ ਮਾਂ ਨੂੰ ਕਦੇ ਮਾਂ ਨਹੀਂ ਮੰਨਦੇ। ਲੱਖ ਕਰੇ ਜਿਹੜੀ ਦੂਸਰੀ ਮਤਰੇਈ ਮਾਂ ਹੋਊਗੀ ਨਾ, ਉਹਦੇ ਪੇਕਿਆਂ ਨੂੰ ਕਦੇ ਨਾਨਕੇ ਨਹੀਂ ਮੰਨਣਗੇ। ਮੰਨਣਗੇ ਜੀ ਤੁਸੀਂ ਆਪ ਦੱਸੋ? ਨਹੀਂ, ਕਦੇ ਵੀ ਨਹੀਂ ਮੰਨਣਗੇ। ਪਿਤਾ ਇੱਕ ਸੀ ਕਸ਼ਯਪ, ਪਿਤਾ ਦਾ ਸਾਰੇ ਮੰਨਦੇ ਸੀ, ਪਰ ਇੱਕ ਦੂਜੇ ਦੀ ਮਾਂ ਨਾਲ ਵੈਰ ਸੀ, ਕਿਉਂਕਿ ਇਹ ਵੈਰ ਹਮੇਸ਼ਾ ਔਰਤ ਹੁੰਦੀ ਹੈ। ਆਪਣੇ ਬੱਚਿਆਂ ਨੂੰ, ਪੁੱਤ ਗਵਾਂਢੀਆਂ ਦੇ ਬੱਚੇ ਨੂੰ ਨਹੀਂ ਬੁਲਾਉਣਾ, ਜੇ ਤੈਨੂੰ ਕੁਝ ਆਖੂ ਤਾਂ ਮੈਨੂੰ ਦੱਸੀ, ਆ ਮਾਰ ਉਹਦੇ ਚੋਕੇ। ਕਹਿੰਦੇ ਮਾਵਾਂ ਨੇ ਸਭ ਏਦਾਂ ਹੀ ਸਿਖਾਇਆ। ਪਿਤਾ ਤੋਂ ਡਰਦੇ ਸੀ ਸਾਰੇ, ਇੱਕ ਦੂਜੇ ਨਾਲ ਵੈਰ ਸੀ, ਇੱਕ ਦੂਜੇ ਨਾਲ ਬੋਲਦੇ ਨਹੀਂ ਸੀ। ਪਰ ਜਿਹੜੇ ਦੇਵਤੇ ਸੀ ਪਹਿਲਾਂ ਬਹੁਤ ਸਾਊ ਸੀ, ਬਾਅਦ ਵਿੱਚ ਆ ਕੇ ਇਹਨਾਂ ਨੂੰ ਸਮਝ ਆਈ। ਹੁਣ ਵੇਖੋ ਇਹ ਸਾਰਾ ਇੱਕੋ ਹੀ ਸ਼ਰੀਕ ਹੈ, ਇੱਕੋ ਹੀ ਪਰਿਵਾਰ ਹੈ, ਇੱਕੋ ਖਾਨਦਾਨ ਹੈ। ਜਿਸ ਅਦਿੱਤੀ ਕੇ ਗਰਭ ਮਯਾਰਾ, ਸੂਰਜ ਤੋਂ ਅਪਨ ਤਨ ਧਾਰਾ। ਹੁਣ ਕਹਿੰਦੇ ਇੱਕ ਸਮਾਂ ਆਇਆ ਅਦਿੱਤੀ ਨੇ ਫੇਰ ਗਰਭ ਧਾਰਨ ਕੀਤਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਬੰਦੇ ਦੀ ਜਦੋਂ ਐਨਰਜੀ ਡਲਿਊਟ ਹੋ ਜਾਏ ਨਾ, ਹੁੰਦੀ ਐਨਰਜੀ ਆ ਜਿਹੜੀ ਉਹਨੇ ਭਗਤੀ ਚ ਲਾਉਣੀ ਸੀ, ਕਾਮ ਬਿਰਤੀ ਚ ਲਾਉਣੀ, ਸਮਾਂ ਸਮਾਂ ਹੀ ਹੈ। ਉਹ ਤੁਸੀਂ ਸੀਰੀਅਲ ਵੇਖ ਲਓ, ਫਿਲਮਾਂ ਵੇਖ ਲਓ, ਜਾਂ ਬਾਣੀ ਸੁਣ ਲਓ, ਐਨਰਜੀ ਨੂੰ ਡਾਇਵਰਟ ਕਰਨਾ, ਖਰਚ ਤੁਸੀਂ ਰਹੇ। ਆਪਾਂ ਜੇ ਭੱਜ ਰਹੇ ਹਾਂ ਜਾਂ ਸਾਈਕਲ ਚਲਾ ਰਹੇ ਹਾਂ, ਐਨਰਜੀ ਸਾਡੇ ਸਰੀਰ ਚੋਂ ਜਾ ਰਹੀ ਹੈ। ਜੇ ਬੈਠੇ ਹਾਂ ਫਿਰ ਨਹੀਂ ਜਾ ਰਹੀ, ਫਿਰ ਘੱਟ ਜਾ ਰਹੀ ਹੈ। ਪਰ ਜੇ ਚੱਲ ਰਹੇ ਹਾਂ ਜਾ ਰਹੀ ਹੈ ਐਨਰਜੀ। ਹੁਣ ਉਹ ਐਨਰਜੀ ਤੁਹਾਡੀ ਮਰਜ਼ੀ ਹੈ, ਨਾਮ ਜਪ ਕੇ ਸਫਲੀ ਕਰਨੀ ਹੈ, ਗਾਲੀ ਗਲੋਚ ਕਰਨਾ ਹੈ, ਜਾਂ ਚੁਗਲੀਆਂ ਕਰਨੀਆਂ, ਜਾਂ ਇੱਧਰ ਉੱਧਰ ਗੱਲਾਂ, ਤੁਹਾਡੀ ਮਰਜ਼ੀ ਹੁੰਦੀ ਹੈ। ਕਹਿੰਦੀ ਅਦਿੱਤੀ ਦੇ ਉੱਤੇ ਪ੍ਰਭਾਵ ਕਸ਼ਯਪ ਰਿਸ਼ੀ ਦਾ ਬਹੁਤ ਸੀ। ਆਖਿਰਕਾਰ ਮਾਂ ਦੀ ਕੁੱਖ ਦੇ ਵਿੱਚ ਫੇਰ ਇੱਕ ਬੱਚੇ ਦਾ ਜਨਮ ਹੋਇਆ, ਉਹ ਸੀ ਸੂਰਜ, ਅਦਿੱਤੀ ਦੀ ਕੁੱਖ ਤੋਂ ਪੈਦਾ ਹੋਣ ਵਾਲਾ। ਪਿਤਾ ਨੇ ਭਗਤੀ ਤੇ ਬਹੁਤ ਦਿੱਤੀ ਸੀ, ਬੰਦਗੀ ਦੀ ਗੱਲ ਬੜੀ ਸੁਣਾਈ ਸੀ, ਪਰ ਹੌਲੀ ਹੌਲੀ ਸੁਭਾਅ ਬਦਲਿਆ। ਕਿਉਂ ਬਦਲਿਆ? ਸਾਰਾ ਜ਼ਿਕਰ ਆ ਗਿਆ। ਹੁਣ ਅਦਿੱਤੀ ਦੀ ਕੁੱਖ ਤੋਂ ਜਿਹਨੇ ਪੈਦਾ ਹੋਣਾ ਉਹਨੂੰ ਕਹਿੰਦੇ ਸੂਰਜ। ਇਸੇ ਕਰਕੇ ਆਹ ਜਿਹੜਾ ਐਤਵਾਰ ਦਾ ਦਿਨ ਹੈ ਸਨਾਤਨ ਮਤ ਵਿੱਚ, ਇਹਨੂੰ ਕਹਿੰਦੇ ਸੂਰਜ ਦਾ ਦਿਨ। ਤੈਨੂੰ ਲਿਖਿਆ ਕੀ ਜਾਂਦਾ? ਆਦਿਤਵਾਰ, ਹਿੰਦੀ ਚ ਇਹੀ ਕਹਿੰਦੇ ਆ ਨਾ ਜੀ, ਆਦਿਤਵਾਰ ਕਹਿੰਦੇ ਆ ਐਤਵਾਰ ਨੂੰ।
ਐਤਵਾਰ ਕਹਿ ਲਓ, ਆਦਿਤਵਾਰ ਕਹਿ ਲਓ, ਗੱਲ ਇੱਕੋ ਹੀ ਹੈ। ਉਹ ਨਾਨਕੀ ਤੋਂ ਆਇਆ, ਅਦਿੱਤੀ ਤੋਂ ਆਇਆ, ਮਾਂ ਤੋਂ ਆਇਆ ਹੋਇਆ। ਸੂਰਜ ਦੀ ਮਾਤਾ ਦਾ ਨਾਂ ਸੀ ਅਦਿੱਤੀ, ਤੇ ਸੰਡੇ ਦਾ ਦਿਨ, ਐਤਵਾਰ ਦਾ ਦਿਨ। ਸੰਡੇ ਕਿਉਂ ਕਹਿੰਦੇ ਆ? ਸਨ ਡੇ, ਵੀ ਸੂਰਜ ਦਾ ਦਿਨ। ਅੰਗਰੇਜ਼ੀ ਵਾਲੇ ਵੀ ਕਹਿ ਰਹੇ ਆ, ਗੱਲ ਇਹ ਨਹੀਂ ਹੈ ਵੀ ਇਕੱਲਾ ਸਨਾਤਨਵਾਦੀ ਕਹਿੰਦਾ। ਕੋਈ ਆਦਿਤਵਾਰ ਕਹਿ ਦੇ, ਐਤਵਾਰ ਕਹਿ ਦੇ, ਤਾਂ ਜਾਂ ਸੰਡੇ ਕਹਿ ਦੇ, ਵੀ ਇਹ ਦਿਨ ਸੂਰਜ ਦਾ ਹੈ। ਸੂਰਜ ਦੀ ਮਾਤਾ ਦਾ ਨਾਮ ਅਦਿੱਤੀ ਹੈ। ਕਹਿੰਦੇ ਕੁੱਖ ਦੇ ਵਿੱਚ ਬੱਚਾ ਪਲ ਰਿਹਾ ਸੀ, ਮਾਂ ਬੜੀ ਭਗਤੀ ਕਰਿਆ ਕਰ ਰਹੀ ਵੀ ਮੇਰਾ ਇਹ ਬੱਚਾ ਪਹਿਲੇ ਬੱਚਿਆਂ ਵਰਗਾ। ਹੁਣ ਉਧਰ ਰਿਸ਼ੀ ਦੀ ਜਿਹੜੀ ਐਨਰਜੀ ਸੀ, ਉਹ ਕਿਤੇ ਭਗਤੀ ਕਰਦਾ ਸੀ, ਉਹਨੇ ਕਿਤੇ ਕਾਮ ਚੇਸਟਾ ਜਾ ਰਿਹਾ, ਐਨਰਜੀ ਹੈ ਹੀ ਹੈ, ਰਾਹ ਬਦਲਦੇ ਐਨਰਜੀ, ਸੁਭਾਅ ਬਦਲ ਲਿਆ। ਹੁਣ ਕਸ਼ਯਪ ਰਿਸ਼ੀ ਨੇ ਜੇ ਭਗਤੀ ਕੀਤੀ, ਭਗਤੀ ਕਰਕੇ ਜੇ ਖਿਆਲ ਬਦਲ ਲਏ, ਯਾਰ ਖਿਆਲਾਂ ਦੇ ਨਤੀਜੇ ਤੇ ਭੁਗਤਣੇ ਪੈਂਦੇ ਹੀ ਆ ਨਾ। ਤੁਸੀਂ ਕਿਸੇ ਦਾ ਚੰਗਾ ਸੋਚ ਲਓ, ਭੁਗਤਣਾ ਤੁਹਾਨੂੰ ਪੈਣਾ। ਮਾੜਾ ਸੋਚ ਕੇ ਵੇਖੋ, ਐਸੇ ਖਿਆਲ ਹੀ ਸੀ ਨਾ ਇੱਕ, ਵੀ ਆਹ ਬੰਦੇ ਦਾ ਮੈਂ ਨੁਕਸਾਨ ਕਰਨਾ, ਇੱਕੋ ਖਿਆਲ ਸੀ। ਹੁਣ ਉਹ ਤੁਹਾਡੇ ਲਈ ਮੁਸੀਬਤ ਬਣ ਕੇ ਖੜ ਗਿਆ। ਇਹ ਕਿਉਂ ਬਣਿਆ ਮੁਸੀਬਤ? ਤੁਸੀਂ ਇੱਕ ਖਿਆਲ ਸੋਚਿਆ ਸੀ ਬੁਰਾ, ਬੁਰੇ ਖਿਆਲ ਨੇ ਤੁਹਾਨੂੰ ਅੱਜ ਕਿੱਥੇ ਲਿਆ ਕੇ ਖੜਾ ਕਰਤਾ, ਇਹ ਹੁਣ ਕਸੂਰ ਕੀ ਹੈ? ਬੁਰੇ ਖਿਆਲ। ਕਹਿੰਦੇ ਅਦਿੱਤੀ ਦਾ ਸੁਭਾਅ ਬੜਾ ਚੰਗਾ ਸੀ ਬਾਕੀਆਂ ਦੇ ਨਾਲੋਂ, ਸਮਾਂ ਬਤੀਤ ਹੋਇਆ, ਬੱਚੇ ਦਾ ਜਨਮ ਹੋਣ ਵਾਲਾ ਏ। ਇੱਕ ਦਿਨ ਸੱਸ ਸੱਤ ਬੁੱਧ ਚਲੇ ਆਇਓ, ਬ੍ਰਹਮਚਾਰੀ ਕੋ ਬੀਖ ਬਣਾਇਓ। ਇੱਕ ਦਿਨ ਚੰਦਰਮਾ ਦਾ ਪੁੱਤ ਤੁਰ ਕੇ ਆ ਗਿਆ ਘਰੇ। ਹੁਣ ਇੱਥੇ ਨਾ ਮੈਂ ਦੇਵਤਿਆਂ ਦਾ ਜ਼ਿਕਰ ਕਰ ਰਿਹਾ, ਇਹਨਾਂ ਗ੍ਰਹਿਾਂ ਦਾ ਨਹੀਂ, ਪਲੈਨਟ ਦਾ ਨਹੀਂ। ਜਦ ਤੇ ਜਾ ਚੰਦਰਮਾ ਤੇ ਅੱਜ ਤੱਕ ਕੋਈ ਮਨੁੱਖ ਨਹੀਂ ਗਿਆ, ਉਹ ਗੱਲਾਂ ਨੇ ਭਾਵੇਂ ਅਮੈਰੀਕਾ ਨੇ ਬਣਾਈਆਂ, ਜਿਹਨੇ ਮਰਜ਼ੀ ਬਣਾਈਆਂ। ਐਡੀਟਿੰਗ ਦਾ ਕਮਾਲ ਸੀ ਇੱਕ ਦੂਜੇ ਨੂੰ ਵਿਖਾਉਣ ਵਾਸਤੇ ਵੀ ਰਸ਼ੀਆ ਤੋਂ ਪਹਿਲਾਂ ਸੀ ਜਾ ਰਹੇ, ਤੇ ਜੇ ਅੱਜ ਤੋਂ 57-55 ਸਾਲ ਪਹਿਲਾਂ ਗਏ, ਹੁਣ ਕੀ ਸੱਪ ਡੰਗ ਮਾਰ ਗਿਆ, ਹੁਣ ਕਿਉਂ ਨਹੀਂ ਆਉਂਦੇ, ਹੁਣ ਕਿਉਂ ਨਹੀਂ ਲਹਿੰਦੇ ਬੰਦੇ ਉੱਥੇ, ਅਜੇ ਤੱਕ ਰੋਬੋ ਕਿਉਂ ਜਾ ਰਹੇ? ਇਹ ਬੜਾ ਕੁਝ ਐਸਾ ਹੁੰਦਾ ਜਿਹੜਾ ਦੁਨੀਆਂ ਤੋਂ ਓਹਲੇ ਕਰਕੇ ਕੀਤਾ ਜਾਂਦਾ, ਕਿਉਂਕਿ ਜ਼ਮਾਨੇ ਦੀ ਆ ਭੇਡ ਚਾਲ, ਦੁਨੀਆਂ ਨੂੰ ਜਿੱਧਰ ਮਰਜ਼ੀ ਲਾ ਲਓ ਉੱਧਰ ਹੋ ਜਾਣਗੇ। ਆਹ ਸਮਾਜ ਹੈ, 5 ਸਾਲ ਜਿਹੜੀ ਸਰਕਾਰ ਛਿੱਤਰ ਮਾਰੇ ਨਾ, 5 ਸਾਲ ਜੁੱਤੀਆਂ ਮਾਰੇ, ਧਰਨਿਆਂ ਤੇ ਡਾਂਗ ਫੇਰੇ ਰੀਝ ਨਾਲ, ਤੇ ਜਦੋਂ ਇਲੈਕਸ਼ਨ ਦਾ ਸਮਾਂ ਆ, 3-4 ਮਹੀਨੇ ਪਹਿਲਾਂ ਇਹਨਾਂ ਨੂੰ ਪੈਟਰੋਲ ਸਸਤਾ ਕਰ ਦੇ, ਡੀਜ਼ਲ ਸਸਤਾ ਕਰ ਦੇ, ਕੋਈ ਚੀਜ਼ਾਂ ਕਰ ਦੇਵੇ ਸਸਤੀਆਂ, 1-2 ਬੱਸਾਂ ਬੁੱਸਾਂ ਫ੍ਰੀ ਹੋ ਜਾਣ, ਫੇਰ ਲੋਕ ਉੱਧਰ ਨੂੰ ਹੀ ਮਰਦੇ ਨੇ। ਸਟੈਂਡ ਥੋੜੀ ਆ ਲੋਕਾਂ ਦਾ, ਉਹ 4 ਮਹੀਨੇ 4 ਸਾਲ 6 ਮਹੀਨੇ ਜਿਹੜੇ ਇਹਨਾਂ ਨਾਲ ਹੋਇਆ ਭੁੱਲ ਗਏ। ਇਸੇ ਨੂੰ ਕਹਿੰਦੇ ਆ ਵੀ ਬੰਦੇ ਦੀ ਜਿਹੜੀ ਕੌਨਸ਼ੀਅਸ ਦੇ ਵਿੱਚ ਉਹ ਗੱਲ ਆ, ਉਹ 90 ਦਿਨਾਂ ਬਾਅਦ ਭੁੱਲ ਜਾਂਦੀ ਹੈ। ਵੀ 3 ਮਹੀਨਿਆਂ ਬਾਅਦ ਬੰਦਾ ਨਾ ਆਪਣੇ ਤੇ ਹੋਇਆ ਅਤਿਆਚਾਰ ਵੀ ਭੁੱਲ ਜਾਂਦਾ, ਕਹਿੰਦਾ ਚੱਲ ਛੱਡ ਮੇਰੇ ਕਰਮ ਸੀ, ਇਦਾਂ ਹੋ ਜਾਂਦਾ। ਹੁਣ ਜਦੋਂ ਅਦਿੱਤੀ ਦੇ ਘਰੇ ਬੱਚੇ ਨੇ ਜਨਮ ਲੈਣਾ ਏ, ਚੰਦਰਮਾ ਦਾ ਪੁੱਤ ਆਇਆ, ਉਹਦਾ ਨਾਂ ਸੀ ਬੁੱਧ। ਇਹ ਉਹੀ ਨੇ ਸਾਰੇ, ਕੋਈ ਸ਼ੁਕਰ ਗ੍ਰਹਿ ਕੋਈ ਬੁੱਧ ਗ੍ਰਹਿ, ਤਾਂ ਹੀ ਪੰਡਿਤ ਕਹਿੰਦੇ ਸਾਡਾ ਵੀ ਠੇਕਾ ਵੀ ਸਾਡੇ ਨੇ, ਤਾਂ ਹੀ ਕਹਿੰਦੇ ਆ। ਸ਼ੁਕਰ ਕੌਣ ਹੈ? ਉਹ ਵੀ ਆਜੂਗਾ ਅੱਗੇ ਜਾ ਕੇ, ਵੀ ਰਾਕਸ਼ਾਂ ਦੇ ਗੁਰੂ ਦਾ ਨਾਂ ਸੀ ਸ਼ੁਕਰ ਹੈ, ਉਹ ਵੀ ਭਗਤੀ ਹੈ, ਉਹ ਤਾਂ ਸ਼ੁਕਰ ਗ੍ਰਹਿ ਬਣ ਗਿਆ। ਸ਼ਨੀ ਕੌਣ ਹੈ? ਸੁਣ ਲਿਆ ਤੁਸੀਂ ਪਿੱਛੇ, ਸ਼ਨਿਚਰ ਵਾਰ ਜੀ ਨੂੰ ਕਹਿੰਦੇ ਆ, ਸੁਣਿਆ ਤੁਸੀਂ ਸ਼ਨੀ ਦੀ ਕਥਾ? ਸੁਣ ਲਈ, ਸੂਰਜ ਦੀ ਵੀ ਆ ਗਈ, ਚੰਦਰਮਾ ਦੀ ਵੀ ਆ ਗਈ, ਬੁੱਧ ਦਾ ਵੀ ਜ਼ਿਕਰ ਆ ਗਿਆ। ਹੁਣ ਜਿਹੜਾ ਬੁੱਧ ਹੈ, ਇਹ ਚੰਦ ਦਾ ਪੁੱਤ ਹੈ, ਇਹ ਵੀ ਇੱਕ ਦਿਨ ਚਲਾਕੀ ਜੀ ਕਰਕੇ ਘਰੇ ਆ ਗਿਆ, ਕਹਿੰਦਾ ਚੱਲ ਫਿਰ ਮਹਾਂਪੁਰਸ਼ਾਂ ਦੇ ਘਰੇ ਚੱਲਦੇ ਆ, ਵੀ ਸੁੱਖ ਨਾਲ ਬੀਬੀਆਂ ਬੜੀਆਂ, ਜਿਹਦੇ ਮਰਜ਼ੀ ਭੋਜਨ ਮੰਗ ਕੇ ਛੱਡ ਲਾ, ਇੱਕ ਵਿਧੀ ਹੋਊ ਦੂਜੀ ਵਿਹਲੀ ਹੋਣੀ। ਭੇਸ ਬਦਲ ਕੇ ਯੋਗੀਆਂ ਸਾਧੂਆਂ ਵਾਲਾ ਘਰੇ ਆ ਗਿਆ,
ਹੁਣ ਵੇਖੋ ਜਿਹੜੀ ਮਾਤਾ ਪੇਟ ਤੋਂ ਹੈ ਢਿੱਡ ਤੋਂ ਹੈ ਮਤਲਬ ਜਿਹਦੇ ਘਰ ਬੱਚਾ ਹੋਣਾ ਉਹ ਥੋੜਾ ਬਾਹਰ ਫਿਰੂਗੀ ਉੱਥੇ ਘਰ ਹੀ ਰਹਿਣਾ ਬਾਕੀ ਕੰਮਾਂ ਕਾਰਾਂ ਚ ਹੋਣਗੀਆਂ। ਕਹਿੰਦੇ ਕਸ਼ਯਪ ਰਿਸ਼ੀ ਘਰ ਨਹੀਂ ਸੀ, ਹੁਣ ਰਿਸ਼ੀ ਗ੍ਰਿਸ਼ਤੀ ਹੋ ਗਈ, ਜ਼ਿੰਮੇਵਾਰੀਆਂ ਵੱਧ ਗਈਆਂ, ਭਗਤੀ ਭੁਗਤੀ ਭੁੱਲ ਗਈ ਸਾਰੀ। ਇਧਰੋਂ ਬੁੱਧ ਦੀ ਗੱਲ ਕੇ ਘਰੇ ਆ ਗਏ ਭੇਸ ਬਦਲ ਕੇ ਵੀ ਪਤਾ ਨਾ ਲੱਗੇ ਵੀ ਜੇ ਤੇ ਲੱਗ ਗਿਆ ਪਤਾ ਫਿਰ ਤੇ ਉਹਨੇ ਕਹਿਣਾ ਫਲਾਣਾ ਹੀ ਆ ਓਏ ਆਜਾ। ਲੋਕ ਨਾ ਪਹਿਰਾਵੇ ਤੋਂ ਬਹੁਤ ਡਰਦੇ, ਅੱਜ ਵੀ ਨਾ ਕੋਈ ਹਰਾ ਚੋਲਾ ਪਾ ਕੇ ਆ ਜੇ, ਲਾਲ ਪਾ ਕੇ ਆ ਜੇ, ਘਰ ਦੇ ਦਰਵਾਜ਼ੇ ਲੋਕ ਡਰਦੇ ਕਹਿੰਦੇ ਨਾ ਸਾਹਮਣੇ ਲੈ ਜਾਈ ਪਤਾ ਨਹੀਂ ਉਹਨੇ ਰੋਟੀ ਮੰਗੀ ਦੇ ਕੇ ਆ, ਤੇ ਜੇ ਉਹੀ ਬੰਦਾ ਜੀਨ ਪਾ ਕੇ ਆ ਜੇ ਕੋਈ ਪੁੱਛਦਾ ਕਿਸੇ ਨੂੰ ਨਾ, ਕੱਪੜਿਆਂ ਦਾ ਪ੍ਰਭਾਵ। ਹੁਣ ਜਿਸ ਵੇਲੇ ਕਹਿੰਦੇ ਬੁੱਧ ਘਰੇ ਆਇਆ ਕਿ ਅਲੱਖ ਜਗਾਈ, ਕਹਿੰਦਾ ਭਗਤਾਂ ਨੂੰ ਛਕਾਓ ਬੋਲ, ਧੱਕੇ ਨਾਲ ਛਕਾਓ ਬੋਲ। ਅਦਿੱਤੀ ਨੇ ਵੇਖਿਆ ਉਹ ਅੰਦਰੇ ਅੰਦਰ ਬੋਲੀ ਜਾ ਰਹੀ ਹੈ। ਦੇਖੋ ਸਾਡੇ ਚ ਬੜੇ ਲੋਕ ਏਦਾਂ ਦੇ ਹੁੰਦੇ ਆ, ਘਰੇ ਕੋਈ ਬੈਲ ਮਾਰਦੇ ਉਹਨਾਂ ਬੁੜ 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 ਕਰਦੇ ਡਰੀ ਜਾਣਾ, ਵੀ ਜੇ ਜ਼ੁਰਤ ਸਾਹਮਣੇ ਪਹੁੰਚ ਜਾ ਕੇ ਅੰਦਰ ਕਿਉਂ ਬਣਾ ਰਹੇ। ਇਹ ਆਦਤਾਂ ਹੁੰਦੀਆਂ ਲੋਕਾਂ, ਸੁਭਾਅ ਹੁੰਦਾ ਨਹੀਂ ਛੱਡ ਸਕਦੇ। ਹੁਣ ਅਦਿੱਤੀ ਤੋਂ ਉੱਠਿਆ ਗਿਆ ਨਾ ਪਿੰਡ ਤੋਂ ਭਾਰਾ ਹੈ ਨਹੀਂ ਜਾਂਦਾ, ਉਹ ਬਾਹਰ ਖੜਾ ਬਾਜਾ ਮਾਰੀ ਜਾਏ ਵੀ ਸਾਧੂ ਆਏ ਆ ਭਗਤ ਆਏ ਆ, ਕਹਿੰਦੇ ਇਹ ਉੱਠੀ ਨਾ ਤਪ ਕੋ ਤਪ ਟੋ ਤੋ ਬਨ ਮਾਹੀ ਪਿੱਛਾ ਤੇ ਆਇਓ ਤਿਸ ਪਾਹੀ। ਆਇਆ ਕੀ ਕਰਨਾ ਜੀ ਇਹ, ਹੁਣ ਬੜਿਆਂ ਸਾਲਾਂ ਤੋਂ ਜੰਗਲ ਵਿੱਚ ਬੈਠਾ ਤਪੱਸਿਆ ਕਰਦਾ ਸੀ, ਬੰਦਗੀ ਕਰਦਾ ਸੀ, ਅਚਨਚੇਤ ਖਿਆਲ ਆਇਆ ਵੀ ਚੱਲ ਅੱਜ ਕੁਝ ਛਾਕ ਆਈਏ ਵੀ ਆ ਕਸ਼ਯਪ ਰਿਸ਼ੀ ਦਾ ਘਰ ਨੇੜੇ, ਜਿਹੜਾ ਆਪ ਸਾਧੂ ਹੈ ਉਹਨੂੰ ਪਤਾ ਹੁੰਦਾ ਵੀ ਸਾਧੂਆਂ ਦਾ ਸਤਿਕਾਰ ਕੀ ਹੁੰਦਾ। ਜਿਹੜਾ ਬੰਦਾ ਆਪ ਗੁਰਸਿੱਖ ਆ ਉਹ ਗੁਰਸਿੱਖਾਂ ਦਾ ਆਦਰ ਕਰੂਗਾ ਨਾ, ਜਿਹਨੂੰ ਪਤਾ ਹੀ ਕੱਖ ਨਹੀਂ ਤੂੰ ਕੀ ਆਸਰਾ ਦਿੰਦੇ। ਆ ਕੇ ਦਰਵਾਜ਼ੇ ਤੇ ਉਹਨੇ ਪੱਲਾ ਅੱਡ ਲਿਆ ਜੀ ਅੱਗੇ ਆ ਕੇ, ਕਹਿੰਦਾ ਭਿਖਿਆ ਪਾ ਦਿਓ ਵੀ ਝੋਲੀ ਭਰ ਦਿਓ ਫਕੀਰ ਦੀ, ਕੱਚਾ ਪੱਕਾ ਜੂਲਾ ਬਣਾ ਦੇ ਦਿਓ। ਹੁਣ ਮਰਜ਼ੀ ਆ, ਉਹਨੇ ਭਿਖਿਆ ਮੰਗੀ ਹੈ, ਭਿਖਿਆ ਮਤਲਬ ਭੀਖ ਮੰਗੀ, ਇਹ ਹੁਣ ਮਕਾਨ ਮਾਲਕ ਦੀ ਮਰਜ਼ੀ ਹੈ ਜੀ ਗ੍ਰਿਸਤੀ ਦੀ, ਉਹ ਕਣਕ ਦਿੰਦਾ, ਜੌਂ ਦਿੰਦਾ, ਬਾਜਰਾ ਦਿੰਦਾ, ਆਟਾ ਦਿੰਦਾ, ਜਾਂ ਕਹਿੰਦਾ ਵੀ ਰੱਬ ਦੇ ਪਿਆਰੇ ਬਹਿ ਜਾ ਰੋਟੀ ਖਵਾ ਦਿੰਦਾ। ਭਿਖਿਆ ਦਾ ਮਤਲਬ ਭੀਖ ਹੈ, ਉਹਨੇ ਤੇ ਝੋਲੀ ਅੱਡ ਲਈ। ਹੁਣ ਝੋਲੀ ਚ ਕਿਸੇ ਨੇ ਗਾਲਾਂ ਪਾਉਣੀਆਂ ਨੇ, ਝੋਲੀ ਵਿੱਚ ਕਿਸੇ ਨੇ ਭੋਜਨ ਪਾਉਣਾ, ਝੋਲੀ ਵਿੱਚ ਕਿਸੇ ਨੇ ਧੱਕੇ ਪਾਉਣੇ ਆ, ਇਹ ਦੇਣ ਵਾਲੇ ਦੀ ਮਰਜ਼ੀ ਹੈ। ਮੰਗਣ ਵਾਲਾ ਤੇ ਨੀਵਾਂ ਹੋ ਕੇ ਤੁਹਾਡੇ ਦਰਵਾਜ਼ੇ ਤੇ ਖੜਾ, ਉਹ ਕਹਿੰਦਾ ਭਾਵੇਂ ਗਾਲਾਂ ਕੱਢ ਲਾ, ਜੋ ਮੈਨੂੰ ਦਏਗਾ ਮਿਲਣਾ ਤੈਨੂੰ ਉਹੀ ਆਖੋ ਸਤਨਾਮ, ਜੋ ਮੇਰੀ ਝੋਲੀ ਵਿੱਚ ਆ ਮੈਂ ਤੇਰੇ ਦਰਵਾਜ਼ੇ ਤੇ ਖਿਲਾਰ ਜਾਣਾ, ਇਹ ਝਾੜ ਜਾਣੀ ਇੱਥੇ ਮੈਂ। ਇਸ ਕਰਕੇ ਜ਼ਿੰਦਗੀ ਚ ਕਦੇ ਵੀ ਘਰ ਆਏ ਕਿਸੇ ਦੀ ਤੋਹੀਨ ਨਾ ਕਰੇ, ਕੋਈ ਪਤਾ ਨਹੀਂ ਕਿਸੇ ਰੱਬ ਦੇ ਪਿਆਰੇ ਕਿਸੇ ਮੰਗਤੇ ਦੀ ਕੀਤੀ ਹੋਈ ਬੇਨਤੀ ਤੁਹਾਨੂੰ ਕਿਹੜੇ ਰੂਪ ਵਿੱਚ ਕਿੱਥੇ ਮਿਲਦੀ, ਤੇ ਜੇ ਤੁਸੀਂ ਕਿਸੇ ਦਾ ਸਤਿਕਾਰ ਕੀਤਾ ਹੋਊ, ਕਿਸੇ ਨੂੰ ਕੁਝ ਦਿੱਤਾ ਹੋਊਗਾ ਨਾ, ਕਿਹੜੇ ਬੁਰੇ ਸਮੇਂ ਵਿੱਚ ਤੁਹਾਨੂੰ ਅਦਬ ਤੇ ਸਤਿਕਾਰ ਮਿਲ ਜੇ, ਤੁਹਾਡੀ ਇੱਜ਼ਤ ਰਹੇ, ਤੁਸੀਂ ਸੋਚ ਨਹੀਂ ਸਕਦੇ। ਉਹਨੇ ਆ ਕੇ ਫਿਰ ਦੂਜੀ ਆਵਾਜ਼ ਦਿੱਤੀ ਵੀ ਸੰਤਾਂ ਨੂੰ ਕੁਛ ਪਾ ਦਿਓ। ਅਦਿੱਤੀ ਨੂੰ ਗੁੱਸਾ ਚੜ੍ਹ ਗਿਆ ਵੀ ਕੀ ਬੜਬੜ ਬੜਬੜ ਲਾਈ, ਜਿਹੜਾ ਆਉਂਦਾ ਮੂੰਹ ਚੁੱਕ ਕੇ ਇੱਥੇ ਮੰਗਣਾ, ਜਾਂ ਤਾਂ ਸਿੱਧਾ ਜਾ ਕੇ ਕਹਿ ਦੇ ਭਾਈ ਸਾਡੇ ਘਰ ਕੁਛ ਨਹੀਂ ਹੈਗਾ, ਅਜੇ ਕੁਛ ਨਹੀਂ ਬਣਾਇਆ ਬਾਬਾ ਅੱਗੇ ਚਲਿਆ, ਅਨਾਲ ਜਾਂ ਕਿਸੇ ਹੋਰ ਤੋਂ ਮੰਗ ਲਾ, ਤਰੀਕਾ ਹੁੰਦਾ ਨਾ ਗੱਲ ਕਰਨ ਦਾ। ਕਹਿੰਦੀ ਅਦਿੱਤੀ ਬੈਠੀ ਬੈਠੀ ਅੰਦਰ ਅੰਦਰ ਬੋਲੀ ਗਈ, ਜ਼ੁਬਾਨ ਵਿੱਚ ਹੀ ਬੁੜਬੁੜ ਕਰਦੀ ਰਹੀ। ਕਹਿੰਦੀ ਬੁੱਧ ਨੇ ਲਿਆ ਸੁਣ, ਦੇਖੋ ਸੁਣਦਾ ਤੇ ਹੈ ਹੀ ਆ ਜਿਹੜਾ ਦਰਵਾਜ਼ੇ ਤੇ ਖੜਾ, ਵੀ ਤੁਸੀਂ ਅੰਦਰ ਕੀ ਗੱਲਾਂ ਕਰਦੇ। ਬੜੀ ਵਾਰ ਇਹ ਵੀ ਹੋ ਜਾਂਦਾ ਬੰਦਾ ਬਾਹਰ ਖੜਾ ਹੈ, ਘਰ ਵਾਲੀ ਭੱਜ ਕੇ ਘਰ ਵਾਲੇ ਤੋਂ ਕਹਿੰਦੀ ਵੀ ਤੁਸੀਂ ਲੁਕਿਓ, ਮੈਂ ਕਹਿ ਦਿੰਦੀ ਹਾਂ ਵੀ ਹੈ ਨਹੀਂ ਤਾਂ। ਕਈ ਵਾਰ ਇਹ ਗੱਲਾਂ ਬਾਹਰ ਗੇਟ ਤੇ ਸੁਣੀ ਜਾਂਦੀਆਂ ਲੋਕਾਂ ਨੇ, ਕਿਉਂਕਿ ਘਰ ਉੱਚੇ ਹੁੰਦੇ ਆ, ਗੇਟ ਨੀਵੇਂ ਹੁੰਦੇ ਆ, ਗੱਲਾਂ ਸਾਰੀਆਂ ਸੁਣਦੇ ਹੁੰਦੇ ਆ। ਜਦ ਅਦਿੱਤੀ ਕੁਛ ਬੋਲੀ
ਕਹਿੰਦੇ ਬੁੱਧ ਨੇ ਲਿਆ ਸਾਨੂੰ। ਜਦੋਂ ਸੁਣਿਆ ਉਹਨੂੰ ਗੁੱਸਾ ਆ ਗਿਆ, ਜਿੱਤੀ ਗਰਵ ਸਹਿਤ ਤਿਸ ਕਾਲਾ, ਆਲਸ ਉੱਠ ਵੇ ਕੋਰ ਵਿਸਾਲਾ। ਕਹਿੰਦੇ ਆਲਸ ਬਹੁਤ ਸੀ, ਰੁੱਖਾ ਬੋਲੀ, ਕਹਿੰਦੀ ਵੇ ਭਾਜਾ ਮੈਥੋਂ ਨੀ ਉੱਠਿਆ। ਹਾਂ, ਇਹ ਗੱਲ ਤਰੀਕੇ ਨਾਲ ਵੀ ਹੋ ਸਕਦੀ ਸੀ ਵੀ ਭਾਈ ਮੈਂ ਠੀਕ ਨਹੀਂ ਹਾਂ, ਮੇਰੇ ਵਿੱਚ ਹਿੰਮਤ ਨਹੀਂ ਹੈ। ਦੇਖੋ ਸ਼ਬਦਾਂ ਦੇ ਹੇਰ ਫੇਰ ਹੁੰਦਾ ਨਾ, ਸ਼ਾਇਦ ਉਹ ਅਗਲਾ ਸਤਿਕਾਰ ਨਾਲ ਚਲੇ ਜਾਂਦਾ ਜਦੋਂ ਕਹਿ ਦਿੱਤਾ ਭਾਜਾ। ਹੁਣ ਤੁਸੀਂ ਕਿਸੇ ਨੂੰ ਕੋਈ ਭਾਜਾ, ਅਗਲਾ ਕਹਿੰਦਾ ਮੈਂ ਭੱਜਦਾ ਨੀ, ਮੈਂ ਭਜਾ ਕੇ ਛੱਡੂ, ਦੇਖੋ ਕਿਹੜੀ ਦੁਨੀਆਂ ਤੁਰੇ ਫਿਰਦਾ। ਕਹਿ ਕੇ ਦੇਖੋ ਕਿਸੇ ਨੂੰ, ਕਿਸੇ ਨੂੰ ਪਿਆਰ ਨਾ ਕਹਿ ਦੋ ਵੀ ਅੱਜ ਨੀ ਕੱਲ ਆ ਜੂ ਭਾਈ, ਫੇਰ ਆ ਜੀ ਕੋਈ ਨੀ, ਉਹ ਹੋਰ ਗੱਲ ਹੈ। ਗੱਲ ਬੋਲਣ ਦਾ ਹੀ ਹੁੰਦਾ ਏ, ਇਸੇ ਨੂੰ ਕਹਿੰਦੇ ਜ਼ੁਬਾਨ ਦਾ ਰਸ। ਅਦਿੱਤੀ ਸੀ ਆਲਸੀ, ਉਹ ਤਾਂ ਉੱਠਿਆ ਨਾ ਗਿਆ, ਹਿੰਮਤ ਨਾ ਗਈ, ਪਰ ਬੋਲ ਕਸੂਤਾ ਪਈ। ਏਤਕ ਚਿਰ ਬੀਤਾ ਤੇ ਖਰੇ, ਦਇਓ ਸਰਾਪ ਬੁੱਧ ਨੇ ਰਿਸ ਧਰੇ। ਬਸ ਉੱਥੇ ਬੈਠੀ ਬੋਲੀ ਜਾਵੇ, ਉੱਠ ਕੇ ਆਵੇ ਨਾ, ਉਹ ਸੰਤਾਂ ਮਹਾਂਪੁਰਸ਼ਾਂ ਨੇ, ਉਹ ਸੰਤੀ ਹੈ ਜੀ ਜਿਹੜਾ ਮੰਗਣ ਆ ਗਿਆ, ਭੇਸ ਬਦਲ ਕੇ ਭਾਵੇਂ ਆਇਆ ਆਇਆ ਤੇ ਭੋਜਨ ਲੈਣਾ ਹੀ ਸੀ ਨਾ, ਉਹਦੀ ਭਾਵਨਾ ਤਾਂ ਸੱਚੀ ਹੈ ਨਾ, ਅੰਦਰੋਂ ਸੱਚੀ ਰੋਟੀ ਲੈਣ ਆਇਆ ਹੋਇਆ, ਉਹ ਲੱਗੀ ਉਹਨੂੰ ਭੁੱਖ ਹੋਈ ਹੈ, ਭੁੱਖ ਦਾ ਇੱਕੋ ਹੀ ਧਰਮ ਹੁੰਦਾ ਭੋਜਨ, ਦੂਜੀ ਤੀਜੀ ਕੋਈ ਗੱਲ ਨਹੀਂ। ਉਹਨੇ ਦੂਜੀ ਵਾਰ ਆਵਾਜ਼ ਮਾਰੀ, ਅਦਿੱਤੀ ਨਹੀਂ ਉੱਠੀ, ਆਲਸ ਬਣੀ ਬੈਠੀ। ਕਹਿੰਦਾ ਚੰਗਾ ਫਿਰ ਹੁਣ ਸਾਧੂ ਚੱਲੇ ਨੇ, ਬੀਬਾ ਹੱਥ ਜੋੜਦੀ ਫਿਰੇਗੀ, ਫਿਰ ਸਾਧ ਨਹੀਂ ਆਉਣੇ ਆ, ਐ ਨਹੀਂ ਆਉਂਦੇ। ਸੁਭਾਵਿਕ ਸੀ, ਕਹਿੰਦੇ ਉਹਨੇ ਸ਼ਰਾਫ ਦਾ ਬਦਲ ਲਿਆ, ਆਲਸੀ ਬਣੀ ਬੈਠੀ ਸੀ, ਨਹੀਂ ਉੱਠੀ, ਬੋਲਣ ਦਾ ਤਰੀਕਾ ਸਹੀ ਨਹੀਂ ਸੀ। ਇੱਕ ਭੁੱਖੇ ਵਿਅਕਤੀ ਨੂੰ ਤੁਸੀਂ ਕੋਈ ਸ਼ਬਦ ਮਾੜਾ ਬੋਲੋਗੇ ਨਾ, ਉਹਨੂੰ ਬਹੁਤ ਗੁੱਸਾ ਆਉਂਦਾ। ਕਦੇ ਸੋਚ ਕੇ ਹੰਢਾ ਕੇ ਵੇਖੋ ਵੀ ਤੁਹਾਨੂੰ ਅੰਤਾਂ ਦੀ ਭੁੱਖ ਲੱਗੀ ਹੋਵੇ, ਤੁਸੀਂ ਕਿਸੇ ਤੋਂ ਰੋਟੀ ਬੜੀ ਆਸ ਨਾਲ ਮੰਗੀ ਹੋਵੇ ਤੇ ਉਹ ਬੰਦਾ ਕਰੇ ਤੁਹਾਨੂੰ ਜਲੀਲ। ਇਹ ਸੱਚੀ ਦੱਸਿਓ ਵੀ ਸਰੂਪਾ ਪਾਉਂਗੇ ਜਾਂ ਮੈਡਲ ਦਿਓਗੇ, ਕੀ ਕਰੋਗੇ ਤੁਸੀਂ? ਕਦੇ ਮੂੰਹ ਨਹੀਂ ਲਾਉਂਗੇ, ਦਫਾ ਹੋ ਯਾਰ, ਇੱਥੋਂ ਕੀ ਲੈਣਾ ਸੀ। ਜਿਹੜਾ ਬੰਦਾ, ਕਿਉਂਕਿ ਭੁੱਖ ਦਾ ਦੁੱਖ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੈ, ਮੌਤ ਤੋਂ ਵੀ ਵੱਡਾ ਦੁੱਖ ਹੈ, ਮੌਤ ਤੇ ਇੱਕ ਵਾਰ ਆਉਣੀ ਤੇ ਰੋਜ਼ ਰੋਜ਼ ਆਉਂਦੀ ਹੈ। ਕਹਿੰਦੇ ਭੁੱਖ ਵਿੱਚ ਕਦੇ ਕਿਸੇ ਭੁੱਖੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਉਹ ਭੁੱਖਾ ਔਰਤ ਮਰਦ ਹੋਵੇ, ਔਰਤ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਭੁੱਖ 'ਚ ਨਹੀਂ ਮਾੜਾ ਸ਼ਬਦ ਕਰ ਦਿੰਦਾ, ਤਰੀਕੇ ਨਾਲ ਜਵਾਬ ਦੇ ਦਿਓ। ਕਹਿੰਦੇ ਉਹਨੇ ਤਰੀਕਾ ਤਾਂ ਵਰਤਿਆ ਨਾ, ਕੁੱਦ ਕੇ ਪੈ ਗਈ ਬੈਠੀ ਬੈਠੀ। ਕਹਿੰਦੀ ਰੋਜ਼ ਹੀ ਕੰਮ ਫੜਿਆ, ਜਿਹੜਾ ਦੇਖਦਾ ਆ ਜਾਂਦਾ, ਆ ਭੀਖ ਪਾ ਦਿਓ, ਭੀਖ ਪਾ ਦਿਓ, ਕਈ ਸ਼ਬਦ ਵਰਤੇ। ਕਹਿੰਦੇ ਬੁੱਧ ਨੇ ਕੁਝ ਨਾ ਸੁਣਿਆ, ਉਹਨੂੰ ਗੁੱਸਾ ਚੜਿਆ, ਗੁੱਸਾ ਤਾਂ ਚੜਿਆ, ਅੰਦਰਾਂ ਬਾਹਰ ਆ ਰਹੀਆਂ ਸੀ ਭੁੱਖ ਦੇ ਨਾਲ। ਇੱਕ ਬੰਦਾ ਆਸ ਕਰਕੇ ਆਇਆ ਵੀ ਇੱਥੋਂ ਰੋਟੀ ਮਿਲ ਜਾਣੀ ਹੈ, ਉੱਥੇ ਵੀ ਕੁਝ ਵੀ ਪ੍ਰਾਪਤ ਹੋਇਆ ਨਾ। ਜਿਸ ਗ੍ਰਭ ਧਾਰ ਦਿਆਲ ਸਕੀਨਾ, ਭਿਖਿਆ ਮੋਹੇ ਤਨ ਹੈ ਦੀਨਾ। ਜਾਂਦਾ ਪਤਾ ਕੀ ਕਹਿ ਗਿਆ, ਆ ਜਿਹੜੇ ਗਰਭ ਕਰਕੇ, ਜਿਹੜੇ ਬੱਚੇ ਕਰਕੇ ਤੂੰ ਸਾਧੂਆਂ ਨੂੰ ਭੀਖ ਨਾ ਦਿੰਦੀ, ਤੈਨੂੰ ਦਿਨੇ ਤਾਰੇ ਹੀ ਵਿਖਾਊਗਾ, ਇਹੀ ਤਾਰੇ ਵਿਖਾਊ ਤੈਨੂੰ, ਦਿਨੇ ਤਾਰੇ ਕੋਲ ਵਿਖਾਉਂਦਾ, ਸੂਰਜ ਹੀ ਗਿਆ, ਵੱਡਿਆਂ ਵੱਡਿਆਂ ਦੀ ਮਦਦ ਟਿਕਾਣੇ ਕਰ ਦਿੰਦਾ। ਜਾਂਦਾ ਕਹਿ ਗਿਆ, ਕਹਿੰਦਾ ਤੇਰੀ ਆਲਸ ਆ ਨਾ, ਪੁੱਤ ਪੁੱਤ ਲਾਈ ਹੈ, ਜਿਹਦੇ ਬੱਚੇ ਭੱਜੀ ਫਿਰਦੀ ਹੈ, ਤੈਨੂੰ ਸਭ ਤੋਂ ਪਹਿਲਾਂ ਇਸੇ ਨੇ ਸ਼ਰਾਪ ਲਿਆ, ਇਹਨੇ ਬਖਸ਼ਣਾ ਨਹੀਂ ਤੈਨੂੰ। ਜਦੋਂ ਇਹ ਅਦਿੱਤੀ ਨੇ ਸੁਣਿਆ, ਉਹਨੇ ਪਰਵਾਹ ਨਾ ਕੀਤੀ, ਕਹਿੰਦੀ ਆ ਬਥੇਰੇ ਭੌਂਕਦੇ ਫਿਰਦੇ, ਭੌਂਦੀ ਬੀਬੀਆਂ ਦੀ ਆਦਤ ਬੋਲਣ ਦੀ, ਉਹੀ ਸ਼ਬਦ ਵਰਤੂ ਪਏ ਕੁੱਤੇ ਭੌਂਕਦੇ ਫਿਰਦੇ। ਹੁਣ ਬੁੱਧ ਸੀ, ਸੁਣ ਕੇ ਚਲੇ ਗਿਆ ਜੀ, ਉਹਨੇ ਕੋਈ ਸ਼ਬਦ ਨਾ ਆਖਿਆ। ਅਦਿੱਤੀ ਫਿਰ ਬੋਲਦੀ ਰਹੀ ਬੈਠੀ, ਉਹਨੂੰ ਗੁੱਸਾ ਲੱਗਾ ਵੀ ਮੇਰੇ ਜੰਮਣ ਵਾਲੇ ਪੁੱਤ ਨੂੰ ਮਾੜਾ ਬੋਲ ਕੇ ਗਿਆ, ਹੋਰ ਲੱਗ ਗਈ ਬੋਲਣ।
ਪਰ ਬੁੱਧ ਸੀ ਸੁਭਾਵਿਕ ਬੋਲ ਕੇ ਗਿਆ, ਜਿਹਨੂੰ ਬੁੱਧ ਗ੍ਰਹਿ ਕਹਿੰਦੇ ਆ। ਸਹਿ ਸੁਭਾਅ ਕਹਿ ਗਿਆ, ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਰ ਬੋਲਿਆ ਫਿਰ ਖਾਣਾ ਜਾਏ। ਜੇ ਕੋਈ ਭੁੱਖ ਦੇ ਦੁੱਖ ਚ ਤੁਹਾਨੂੰ ਜਾਣਦਾ ਕੋਈ ਸ਼ਬਦ ਕਹਿ ਗਿਆ ਨਾ, ਸੱਤ ਜਨਮ ਲੈ ਲਿਓ, ਉਹ ਵਾਪਸ ਨਹੀਂ ਹੋਣੇ ਕਦੇ ਵੀ। ਗੁਰੂ ਨਾਨਕ ਦੇ ਘਰ ਨੇ ਇਸੇ ਕਰਕੇ ਲੰਗਰ ਚਲਾਇਆ ਨਾ, ਵੀ ਕੋਈ ਦੁਖੀਆ ਅਰਥੀਆ ਲੋੜਵੰਦ ਆਪਣੀ ਭੁੱਖ ਪਹਿਲਾਂ ਨਿਵਿਰਤ ਕਰੇ, ਬਾਕੀ ਕੰਮ ਬਾਅਦ ਕਰੇ। ਸਭ ਤੋਂ ਵੱਡਾ ਜੱਗ ਤੇ ਪੁੰਨ ਹੈ ਪ੍ਰਸ਼ਾਦਾ ਛਕਾਉਣਾ, ਸਭ ਤੋਂ ਵੱਡਾ। ਤੇ ਖਾਲਸਾ ਪੰਥ ਸਦੀਆਂ ਤੋਂ ਛਕਾਉਂਦਾ ਆਇਆ ਤੇ ਛਕਾਉਂਦਾ ਰਹੂਗਾ। ਦੁਨੀਆਂ ਦੇ ਦਰਾਂ ਨੂੰ ਤਾਲੇ ਲੱਗ ਸਕਦੇ ਆ, ਗੁਰੂ ਨਾਨਕ ਦੇ ਘਰਾਂ ਨੂੰ ਨਹੀਂ, ਗੁਰਸਿੱਖਾਂ ਦੇ ਘਰਾਂ ਨੂੰ। ਜਦ ਮਰਜ਼ੀ ਕੋਈ ਆ ਜਾਏ, ਹਰ ਵਕਤ ਭੋਜਨ ਤਿਆਰ ਹੀ ਮਿਲੂ, ਚੁੱਲ੍ਹਾ ਤਪ ਨਹੀਂ ਮਿਲੂ। ਇਹ ਲਿਖਿਆ ਸੀ ਨਾ ਬੁੱਲੇ ਸ਼ਾਹ ਨੇ ਵੀ, ਤਪਦਾ ਰਹੇ ਚੁੱਲ੍ਹਾ, ਆਉਂਦੇ ਜਾਂਦੇ ਰਹਿਣ ਮੁਸਾਫਰ ਤਾਂ। ਪਹਿਲੇ ਸ਼ਬਦ ਕੀ ਸੀ? ਇੱਟ ਖੜਕੇ ਦੁੱਕੜ ਵੱਜੇ, ਤਪਦਾ ਰਹੇ ਚੁੱਲ੍ਹਾ। ਕਹਿੰਦੇ ਇੱਟਾਂ ਖੜਕਦੀਆਂ ਰਹਿਣ, ਮਤਲਬ ਘਰ ਬਣਦੇ ਰਹਿਣ, ਦੁੱਕੜ ਵੱਜੇ, ਸ਼ੋਰ ਸ਼ਰਾਬਾ ਹੁੰਦਾ ਰਹੇ, ਲੋਕ ਮਿਲਦੇ ਰਹਿਣ ਇੱਕ ਦੂਜੇ ਨੂੰ, ਤਪਦਾ ਰਹੇ ਚੁੱਲ੍ਹਾ। ਵੀ ਜੇ ਚੁੱਲ੍ਹਾ ਤਪਦਾ ਰਹੂ, ਰੋਟੀ ਬਣਦੀ ਰਹੂ, ਕੋਈ ਰੋਟੀ ਖਾਊ ਤੇ ਅੰਦਰਾਂ ਤੇ ਅਸੀਸਾਂ ਦੇਣਗੀਆਂ ਨਾ। ਕਹਿੰਦੇ ਆਉਂਦੇ ਜਾਂਦੇ ਰਹਿਣ ਮੁਸਾਫਰ ਤਾਂ, ਵੀ ਕੋਈ ਆਊਗਾ ਕੋਈ ਜਾਊਗਾ, ਮੁਸਾਫਰ ਆਉਣਗੇ ਖੁਸ਼ ਹੋ ਕੇ ਜਾਣਗੇ। ਕਹਿੰਦੇ ਬੁੱਲੇ ਦੀ ਤੇ ਜ਼ਿੰਦਗੀ ਦੀ ਆਹੀ ਖੁਸ਼ੀ ਹੈ, ਜਮਾਨੇ ਦੀ ਸੇਵਾ ਕਰਨੀ ਹੀ ਸਾਡੇ ਅੰਦਰ ਦੀ ਖੁਸ਼ੀ ਹੈ। ਪਰ ਮਹਾਂਪੁਰਸ਼ ਬੁੱਧ ਸੁਭਾਵਿਕ ਬਚਨ ਕਹਿ ਗਏ, ਕਹਿੰਦੇ ਜਿਹਨੂੰ ਆਹ ਢਿੱਡ ਚ ਲਈ ਬੈਠੀ ਆ, ਜਿਹਦੇ ਪਿੱਛੇ ਤੂੰ ਆਲਸ ਕਰੀ ਫਿਰਦੀ ਹੈ, ਤੈਨੂੰ ਇਹੀ ਸੁੱਖ ਦਊਗਾ, ਇਹਦਾ ਮਾਣ ਕਰਦੀ ਹੈ। ਪਿਆਰ ਦੇ ਸ਼ਬਦ ਵੀ ਵਰਤ ਸਕਦੀ ਸੀ, ਕਿਉਂ ਤਪੀ ਫਿਰਦੀ ਹੈ। ਸੋ ਤਵ ਗਰਵ ਗਰਿਓ ਨਾ ਬਚੇ, ਇਮ ਕਹਿ ਗਯੋ ਆਨ ਘਰ ਜਚੇ। ਜਾਂਦੇ ਜਾਂਦੇ ਪਤਾ ਨੀ ਫੇਰ ਕੀ ਮਨ ਚ ਆਇਆ ਬੁੱਧ ਦੇ ਖੜ ਕੇ, ਪਤਾ ਕੀ ਕਹਿੰਦਾ ਫੇਰ, ਜਿਆਦਾ ਹੀ ਗੱਲ ਪਿਆ ਸੀ ਬਾਬਾ, ਕਹਿੰਦਾ ਤੇਰਾ ਗਰਭ ਨੀ ਰਹਿਣਾ, ਇਹਨੇ ਇੱਥੇ ਸਰ ਸੁਣ ਜਾਣਾ, ਆ ਨਹੀਂ ਜੰਮਦਾ ਬੱਚਾ ਤੇਰਾ, ਮਰ ਜਾਣਾ ਇਹਨੇ। ਤੁਸੀਂ ਸੋਚ ਕੇ ਦੇਖੋ, ਗਰਭਵਤੀ ਮਾਂ ਨੂੰ ਕੋਈ ਇਹ ਸ਼ਬਦ ਕਹਿ ਦੇ ਉਹਦੇ ਕੀ ਬੀਤੀ ਹੋ, ਫਿਰ ਉਹਨੇ ਸਰੂਪੇ ਪਾਏ ਹੋਣੇ, ਕਿੰਨਾ ਕੁਛ ਬੋਲੀ ਹੋਣੀ। ਪਰ ਬੁੱਧ ਨੇ ਜੋ ਕਹਿਣਾ ਸੀ ਕਹਿਤਾ, ਸਾਧੂਆਂ ਜੋ ਕਹਿਣਾ ਸੀ ਕਹਿ ਦਿੱਤਾ, ਗੱਲ ਵੀ ਸਪਸ਼ਟ ਸੀ ਵੀ ਪਿਆਰ ਦੇ ਸ਼ਬਦ ਵਰਤ ਕੇ ਜਵਾਬ ਦੇ ਦਿੰਦੀ, ਪਰ ਮਾੜਾ ਸ਼ਬਦ ਤਾਂ ਨਾ ਬੋਲਦੀ, ਵੀ ਤੈਨੂੰ ਤੇ ਭੁੱਖ ਹੀ ਲੱਗੀ ਰਹਿੰਦੀ, ਤੂੰ ਤੇ ਤੁਰੇ ਹੀ ਰਹਿ, ਸ਼ਬਦ ਨਾ ਵਰਤਦੀ ਹੈ। ਚਲੇ ਗਿਆ ਬੁੱਧ, ਕਹਿੰਦੇ ਅਦਿੱਤੀ ਰੋਣ ਲੱਗ ਪਈ, ਬੜੀ ਚਿੰਤਾ ਉੱਚੀ ਉੱਚੀ ਰੋਵੇ, ਵੀ ਆਹ ਇੱਕ ਸਾਧੂ ਆਇਆ ਸ਼ਰਾਫ ਦੇ ਗਿਆ, ਹੁਣ ਮਾਤਰੀ ਨੂੰ ਟਿਕਾਣੇ ਆ ਗਈ, ਵੀ ਜੇ ਮੈਂ ਰੋਟੀ ਬਣਾਏ ਦਿੰਦੀ, ਜੇ ਕੁਛ ਪਾਏ ਦਿੰਦੀ, ਝੋਲੀ ਉਹ ਸੀ ਕੌਲੀ ਆਟਾ ਪਾ ਦਿੰਦੀ। ਹੁਣ ਦਿਮਾਗ ਕੰਮ ਕਰਦਾ, ਉਦੋਂ ਅਕਲ ਨੇ ਕੰਮ ਨਹੀਂ ਕੀਤਾ, ਕਿਉਂਕਿ ਉਦੋਂ ਅਕਲ ਚ ਹੰਕਾਰ ਬੈਠਾ ਸੀ, ਆਲਸ ਬੈਠੀ, ਰੋਵੇ ਵੀ ਆਹ ਜਿਹੜੇ ਬੱਚੇ ਪਿੱਛੇ ਮੈਂ ਬੈਠੀ ਸੀ, ਇੰਨੀ ਭਗਤੀ ਕਰਦੀ ਰਹੀ, ਇਹਨੇ ਤੇ ਜਮਣਾ ਹੀ ਨਹੀਂ। ਅਦਿੱਤੇ ਬਹੁਤ ਤਰਾਸ ਕੋ ਪਾਏ, ਪੱਟ ਕੇ ਨਿਕਟ ਗਏ ਸਹਿ ਜਾਏ। ਦਿਨ ਲੰਘ ਗਿਆ, ਰਾਤ ਲੰਘ ਗਈ, ਚੁੱਪ ਰਹਿਣ ਲੱਗ ਗਈ, ਰੋਣ ਲੱਗ ਪਈ ਜੀ। ਕਈ ਦਿਨਾਂ ਬਾਅਦ ਕਸ਼ਯਪ ਰਿਸ਼ੀ ਕੋਲ ਆਏ, ਕਹਿੰਦੇ ਅਦਿੱਤੀ ਹੋਇਆ ਕੀ ਹੈ? ਡਰਦੀ ਦੱਸੇਗਾ, ਡਰਦੀ ਕਿਉਂ ਹੈ? ਗੁਨਾਹ ਕੀਤਾ ਹੈ, ਗਲਤੀ ਕੀਤੀ ਹੈ। ਉਹ ਸਾਧੂ ਨੂੰ ਕੀ ਦੱਸੇ? ਜਿਹੜਾ ਪਤੀ ਆਪ ਸਾਧੂ ਭਿੱਖਿਆ ਮੰਗ ਕੇ ਰੋਟੀ ਖਾਂਦਾ ਰਿਹਾ, ਉਹ ਬਰਦਾਸ਼ਤ ਕਰੂ ਵੀ ਘਰ ਆਇਆ ਕਦੇ? ਸੋ ਸਮਾਂ ਸਮਾਪਤ ਹੈ ਜੀ, ਜਿਵੇਂ ਜਿਵੇਂ ਪ੍ਰਸੰਗ ਚੱਲਣਗੇ, ਇਹਨਾਂ ਪ੍ਰਸੰਗਾਂ ਵਿੱਚ ਪੁਰਾਣਿਕ ਕਥਾ ਸੁਣਨ ਨੂੰ ਮਿਲ ਰਹੀ ਹੈ। ਇਹ ਆਖਰੀ ਪ੍ਰਸੰਗ ਹੈ,
ਇਹ ਸਭ ਕੁਝ ਪਤਾ ਹੋਣਾ ਚਾਹੀਦਾ। ਵੇਖੋ ਹਰ ਧਰਮ ਦੀ ਨੌਲੇਜ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ। ਤੇ ਫਿਰ ਜਦੋਂ ਅਸੀਂ ਸਾਰੇ ਧਰਮਾਂ ਨੂੰ ਪੜ੍ਹਦੇ ਹਾਂ ਨਾ, ਫਿਰ ਸਾਨੂੰ ਆਪਣੇ ਗੁਰੂ ਤੇ ਮਾਣ ਹੁੰਦਾ, ਸੱਚੇ ਪਾਤਸ਼ਾਹ ਜਿੰਨਾ ਗਿਆਨ ਤੁਸੀਂ ਬਖਸ਼ ਦਿਓ ਨਾ ਨਹੀਂ ਮਿਲਣਾ, ਨਹੀਂ ਮਿਲ ਸਕਦਾ, ਸਾਗਰ ਹੋ ਗਿਆ ਦੇ। ਬਸ ਗੁਰੂ ਕਿਰਪਾ ਕਰਦੇ ਰਹਿਣ, ਇਸੇ ਤਰ੍ਹਾਂ ਜੁੜ ਕੇ ਆਪਾਂ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ।